ਸਤਿ ਸ਼੍ਰੀ ਅਕਾਲ ਜੀ, ਮੈਂ ਜਸਪ੍ਰੀਤ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਅਕੈਡਮੀ ਔਨਲਾਈਨ ਦੇ ਵਿੱਚ। ਅੱਜ ਆਪਣੀ ਸਭ ਤੋਂ ਲਾਸਟ ਵੀਡੀਓ ਜਿਹੜੀ ਹੈਗੀ ਸੀਗੀ ਆਪਣੀ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੀ, ਉਸ ਨੂੰ ਕੰਪਲੀਟ ਕਰਾਂਗੇ। ਪਹਿਲਾਂ ਜਿਹੜੀਆਂ ਕਾਫੀ ਵੀਡੀਓ ਤੁਹਾਨੂੰ ਜਿਹੜੀਆਂ ਹੈਗੀਆਂ ਤੁਹਾਨੂੰ ਦੇਖਣ ਨੂੰ ਮਿਲੀਆਂ ਨੇ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੀਆਂ, ਉਹਦੇ ਵਿੱਚੋਂ ਇੱਕ ਵੀਡੀਓ ਜਿਹੜੀ ਤੁਹਾਡੀ ਪੈਂਡਿੰਗ ਸੀਗੀ ਜਿਹੜੀ ਉਹ ਸੀਗੀ ਜੀ ਹਿਸਟਰੀ ਐਂਡ ਫਿਲੋਸਫੀ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਠੀਕ ਹੈ ਨਾ, ਆਪਾਂ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੀ ਜਿਹੜੀ ਹੈਗੀ ਆ ਸ਼ੁਰੂਆਤ ਕਿੱਥੋਂ ਹੁੰਦੀ ਹੈ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਤਾਂ ਇਹ ਸਭ ਤੋਂ ਇੱਕ ਟੋਪਿਕ ਜਿਹੜਾ ਰਹਿੰਦਾ ਸੀਗਾ ਨੈਸ਼ਨਲ ਐਜੂਕੇਸ਼ਨ ਪੋਲਿਸੀ ਦਾ ਜਿਹੜਾ ਹੈ ਆਪਣੇ ਯੂਟਿਊਬ ਚੈਨਲ ਦੇ ਉੱਪਰ, ਤਾਂ ਅੱਜ ਉਹ ਵੀ ਜਿਹੜਾ ਹੈਗਾ ਤੁਹਾਨੂੰ ਅਪਲੋਡ ਕਰ ਦਿੱਤਾ ਜਾਊਗਾ, ਤਾਂ ਜੋ ਜਿਹੜੀਆਂ ਹੈਗੀਆਂ ਪੂਰੇ ਐਜੂਕੇਸ਼ਨ ਪੋਲਿਸੀ ਜਿਹੜੀ ਹੈਗੀ ਆ ਤਾਂ ਤੁਸੀਂ ਜਿਹੜਾ ਹੈਗਾ ਪੂਰਾ ਸਿਲੇਬਸ ਜਿਹੜਾ ਹੈਗਾ ਆਪਣੇ ਯੂਟਿਊਬ ਚੈਨਲ ਪੰਜਾਬ ਅਕੈਡਮੀ ਔਨਲਾਈਨ ਦੇ ਵਿੱਚੋਂ ਜਿਹੜਾ ਹੈਗਾ ਕਵਰ ਅਪ ਕਰ ਸਕਦੇ ਹੋ। ਪਹਿਲਾ ਦਾਇਰਾ ਜਿਹੜਾ ਪੰਜਾਬੀ ਦੇ ਵਿੱਚ ਤਿਆਰੀ ਕਰਵਾ ਰਿਹਾ ਹੈਗਾ, ਤਾਂ 21 ਤਰੀਕ ਨੂੰ ਜਿਹੜਾ ਪੇਪਰ ਹੋ ਰਿਹਾ, ਤਾਂ ਉਸ ਤੋਂ ਪਹਿਲਾਂ ਅੱਜ 3 ਵੀਡੀਓ ਅਪਲੋਡ ਹੋਣਗੀਆਂ, ਉਸ ਤੋਂ ਬਾਅਦ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੀ, ਫਿਰ ਕਰੀਕੁਲਮ ਦਾ ਜਿਹੜਾ ਟੋਪਿਕ ਅਪਲੋਡ ਨਹੀਂ ਹੋਇਆ, ਦੇਖੋ ਆਲਰੇਡੀ ਮੇਰੀਆਂ 8-9 ਕੁ ਵੀਡੀਓ ਜਿਹੜੀਆਂ ਹੈਗੀਆਂ ਕਰੀਕੁਲਮ ਦੀਆਂ ਅਪਲੋਡ ਹੋ ਚੁੱਕੀਆਂ ਨੇ। ਜਿਹੜੀ ਟੋਪਿਕ ਨਹੀਂ ਅਪਲੋਡ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਅਪਲੋਡ ਕਰ ਦਿੱਤਾ ਜਾਊ ਅੱਜ। ਉਸ ਤੋਂ ਬਾਅਦ ਆਉਂਦਾ CDP ਦਾ ਵੀ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਜਿਹੜੀ ਹੈਗੀ ਆ PDF ਵੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ, ਤਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਤੁਹਾਨੂੰ ਅੱਜ ਵੀਡੀਓ ਨੈਕਸਟ ਵੀਡੀਓ ਜਿਹੜੀ ਹੈਗੀ ਆ ਅਪਲੋਡ ਕਰ ਦਿੱਤੀ ਜਾਊਗੀ। ਤਾਂ ਖੂਬ ਨਾ ਖੂਬ ਜਿਹੜਾ ਹੈਗਾ ਇਸ ਨੂੰ ਚੈਨਲ ਨੂੰ ਤੁਸੀਂ ਜਿਹੜਾ ਹੈਗਾ ਸਾਰੇ ਸਬਸਕ੍ਰਾਈਬ ਕਰੋ। ਜਿੰਨੇ ਵੀ ਜਿਹੜੇ ਐਂਟੀਟੀ ਦੀ ਤਿਆਰੀ ਕਰ ਰਹੇ ਆ ਉਹਨਾਂ ਵਾਸਤੇ ਬੈਨੀਫਿਟ ਇਹ ਹੈ ਕਿ ਤੁਹਾਨੂੰ ਤਿਆਰੀ ਜਿਹੜੀ ਹੈਗੀ ਹੈ ਚੈਨਲ ਦੇ ਮਾਧਿਅਮ ਦੇ ਰਾਹੀਂ ਬਿਲਕੁਲ ਫ੍ਰੀ ਕਰਵਾਈ ਜਾਂਦੀ ਹੈ। ਹਾਂ, ਜੇ ਤੁਸੀਂ PDF ਲੈਣੀ ਹੈ ਤਾਂ PDF ਵਾਸਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਕੰਟੈਕਟ ਨੰਬਰ ਮੈਂ ਤੁਹਾਨੂੰ ਉੱਪਰ ਸਕਰੀਨ 'ਤੇ ਲਿਖ ਦਿੰਦਾ ਹੈਗਾ 9446439531। ਇਹ ਅਕੈਡਮੀ ਦਾ ਜਿਹੜਾ ਹੈਗਾ ਕੰਟੈਕਟ ਨੰਬਰ ਹੈ। ਜੇਕਰ ਤੁਸੀਂ ਸਾਰੇ ਸਿਲੇਬਸ ਦੀ PDF ਲੈਣਾ ਚਾਹੁੰਦੇ ਹੋ, ਉਹ ਸਾਡੇ ਵੱਲੋਂ ਪੇਡ ਰੱਖੀ ਗਈ ਹੈ, ਤਾਂ ਉਸ ਦੇ ਵਿੱਚੋਂ ਜਿਹੜਾ ਹੈਗਾ ਤੁਸੀਂ ਪਰਚੇਜ ਜ਼ਰੂਰ ਕਰ ਸਕਦੇ ਹੋ। ਤਾਂ ਆਲਰੇਡੀ ਸਾਡੇ ਔਨਲਾਈਨ ਬੈਚ ਵੀ ਚੱਲ ਰਿਹਾ ਐਪ ਦੇ ਥਰੂ, ਜੇਕਰ ਤੁਸੀਂ ਔਨਲਾਈਨ ਬੈਚ ਲਾਉਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ। ਤਾਂ ਵੱਧਦੇ ਆਪਣੇ ਸੈਸ਼ਨ ਦੇ ਵੱਲ। ਅੱਜ ਜਿਹੜਾ ਟੋਪਿਕ ਰਹੇਗਾ ਉਹ ਟੋਪਿਕ ਕਿਹੜਾ ਜੀ ਹਿਸਟਰੀ ਐਂਡ ਫਿਲੋਸਫੀ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ ਰਹੇਗਾ। ਸਾਰਾ ਸੈਸ਼ਨ ਜਿਹੜਾ ਹੈਗਾ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਰਹੇਗਾ। ਜਿੰਨੇ ਵੀ ਆਪਣੇ ਫਿਲੋਸਫਰ ਹੋਏ ਨੇ, ਜਿੰਨੇ ਵੀ ਐਜੂਕੇਸ਼ਨ ਸਿਸਟਮਸ ਹੋਏ ਨੇ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਜਾਂ ਪ੍ਰਾਇਮਰੀ ਐਜੂਕੇਸ਼ਨ ਨੂੰ ਲੈ ਕੇ, ਅੱਜ ਸਾਰੇ ਡਿਸਕਸ ਆਪਾਂ ਕਰਾਂਗੇ। ਇਕੱਲਾ ਬੰਦਾ ਆਪਾਂ ਸਾਰਿਆਂ ਨੂੰ ਡਿਸਕਸ ਕਰਾਂਗੇ, ਕਿਉਂਕਿ ਇਹੀ ਅੱਗੇ ਜਾ ਕੇ CDP ਦੇ ਵਿੱਚ ਵੀ ਇਹੀ ਰਿਪੀਟ ਹੋਣਗੇ। ਅੱਜ ਕੰਪਲੀਟ ਕਰ ਲੈਂਦੇ ਹਾਂ, CDP ਦੇ ਵਿੱਚ ਇਹ ਦੁਬਾਰਾ ਕੰਪਲੀਟ ਫਿਰ ਕਰਾਂਗੇ, ਰਿਵੀਜ਼ਨ ਚਲੀ ਜਾਊਗੀ ਤੁਹਾਡੀ। ਤਾਂ ਵੱਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਸਾਰਿਆਂ ਦਾ ਸਵਾਗਤ ਹੈ ਜਿੰਨੇ ਵੀ ਚੈਨਲ ਦੇ ਨਾਲ ਜੁੜੇ ਨੇ, ਸਾਰਿਆਂ ਦਾ ਤੁਹਾਡਾ ਤਹਿ ਦਿਲੋਂ ਸਵਾਗਤ ਕਰਦਾ। ਤਾਂ ਹਿਸਟਰੀ ਐਂਡ ਫਿਲੋਸਫੀ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਠੀਕ ਹੈ, ਉਹਦੇ ਬਾਰੇ ਆਪਾਂ ਗੱਲਬਾਤ ਅੱਜ ਕਰਾਂਗੇ। ਤਾਂ ਚਾਈਲਡ ਡਿਵੈਲਪਮੈਂਟ ਕੀ ਹੈ ਕਿ ਇੱਕ ਬੱਚੇ ਦਾ ਵਿਕਾਸ, ਸਰੀਰਕ ਵਿਕਾਸ ਹੋਣਾ, ਭੌਤਿਕ ਵਿਕਾਸ ਹੋਣਾ, ਸਮਾਜਿਕ ਵਿਕਾਸ ਹੋਣਾ ਅਤੇ ਭਾਵਨਾਤਮਕ ਵਿਕਾਸ ਹੋਣਾ ਚਾਹੀਦਾ। ਦੇਖੋ, ਬੱਚਾ ਹੈ ਜਿਹੜਾ, ਬੱਚੇ ਦਾ ਹਰ ਤਰ੍ਹਾਂ ਦਾ ਵਿਕਾਸ ਜਿਹੜਾ ਹੈਗਾ ਹੋਣਾ ਬਹੁਤ ਜ਼ਰੂਰੀ ਹੈ, ਫਿਰ ਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕੇਗਾ। ਤਾਂ ਇਹ ਸਾਰਾ ਵਿਕਾਸ ਬੱਚੇ ਦੀਆਂ ਆਦਤਾਂ ਦੇ ਉੱਪਰ ਨਿਰਭਰ ਕਰਦਾ। ਦੇਖੋ, ਇਹਦੇ ਉੱਤੇ ਮੇਨਲੀ ਲਿਖਿਆ ਹੋਇਆ ਕਿ ਜਿਹੜਾ ਇਹ ਵਿਕਾਸ ਹੈ, ਜਿਹੜਾ ਬੱਚੇ ਦੀ ਡਿਵੈਲਪਮੈਂਟ ਹੈ, ਉਹ ਉਹਦੀਆਂ ਆਦਤਾਂ ਦੇ ਉੱਪਰ ਨਿਰਭਰ ਕਰਦਾ। ਇਹ ਨਿਰਭਰ ਕਰਦਾ ਬੱਚੇ ਦੀਆਂ, ਇਹ ਵਿਕਾਸ ਬੱਚੇ ਦੇ ਖਾਣ ਪੀਣ, ਪਾਲਣ ਪੋਸ਼ਣ ਅਤੇ ਵਾਤਾਵਰਨ ਦੇ ਉੱਪਰ ਵੀ ਨਿਰਭਰ ਕਰਦਾ। ਦੇਖੋ, ਇਹ ਲਾਸਟ ਜਿਹੜਾ ਹੈਗਾ, ਇਸ ਤੋਂ ਪਹਿਲਾਂ ਜਿਹੜੀਆਂ ਕਲਾਸਾਂ ਬਣੀਆਂ ਹੋਈਆਂ ਨੇ, ਕੰਪਿਊਟਰਾਈਜ ਜਿਹੜਾ ਹੈਗਾ ਨੋਟਸਾਂ ਦੀਆਂ ਬਣੀਆਂ ਹੋਈਆਂ ਨੇ। ਸਾਡਾ ਬੈਕਅਪ ਥੋੜ੍ਹਾ ਜਿਹੜਾ ਹੈਗਾ ਕ੍ਰੈਸ਼ ਹੋ ਗਿਆ, ਉਹਦੇ ਕਾਰਨ ਜਿਹੜਾ ਸਾਡੀਆਂ PDF ਜਿਹੜੀਆਂ ਹੈਗੀਆਂ ਕ੍ਰੈਸ਼ ਹੋ ਗਈਆਂ, ਤਾਂ ਕੰਪਿਊਟਰਾਈਜ਼ ਨੋਟਸ ਜਿਹੜੇ ਹੈਗੇ ਆ, ਤਾਂ ਮੇਰੇ ਵੱਲੋਂ ਕੋਸ਼ਿਸ਼ ਹੈ ਕਿ ਕੱਲ੍ਹ ਵਾਲੀਆਂ ਕਲਾਸਾਂ ਜਿਹੜੀਆਂ ਹੋਣਗੀਆਂ ਉਹ ਸਾਰੀਆਂ ਕੰਪਿਊਟਰਾਈਜ਼ ਨੋਟਸਾਂ ਦੀਆਂ ਹੋਣਗੀਆਂ। ਤਾਂ ਕੱਲ੍ਹ ਨੂੰ ਜਿਹੜੀਆਂ ਕਲਾਸਾਂ ਲੱਗਣਗੀਆਂ 3 ਸਬਜੈਕਟਾਂ ਦੀਆਂ ਕੰਪਿਊਟਰਾਈਜ਼ ਨੋਟਸ ਹੁੰਦੀਆਂ ਹੋਣਗੀਆਂ। ਤਾਂ ਅੱਜ ਇੰਨਾ ਕੁ ਕੋਆਪਰੇਟ ਜ਼ਰੂਰ ਕਰਿਓ ਕਿ ਜਿਹੜਾ ਹੈਗਾ ਹੈਡ ਰਿਟਨ ਜਿਹੜੇ ਹੈਗੇ ਆ ਉਸ ਦੇ ਉੱਪਰ ਨਾਲ ਤੁਹਾਨੂੰ ਕਰਵਾ ਰਹੇਗਾ। ਤਾਂ ਬੱਚੇ ਦਾ ਜਿਹੜੀਆਂ ਆਦਤਾਂ ਦੇ ਉੱਪਰ ਨਿਰਭਰ ਕਰਦਾ, ਬੱਚੇ ਦਾ ਵਿਕਾਸ ਹੈ ਅਤੇ ਬੱਚੇ ਦੇ ਖਾਣ ਪੀਣ, ਪਾਲਣ ਪੋਸ਼ਣ ਅਤੇ ਵਾਤਾਵਰਨ ਦੇ ਉੱਪਰ ਵੀ ਨਿਰਭਰ ਕਰਦਾ ਹੈ ਬੱਚੇ ਦਾ ਜਿਹੜਾ ਹੈਗਾ ਵਿਕਾਸ ਹੈ। ਤਾਂ ਐਜੂਕੇਸ਼ਨ ਸਿਸਟਸ ਫਿਲੋਸਫਰ
ਫਲੋਸਫੀ ਜਾਂ ਐਜੂਕੇਸ਼ਨ ਸਿਸਟਮਸ ਕਿਹੜੇ ਕਿਹੜੇ ਹੋਏ ਨੇ ਉਹਨਾਂ ਬਾਰੇ ਵੀ ਅੱਜ ਆਪਾਂ ਦੇਖਾਂਗੇ। ਤਾਂ ECCE ਦੇਖੋ, ECCE ਯਾਦ ਰੱਖਣਾ ਜੀ ਕੀ ਹੁੰਦਾ ਹੈ। ਤੁਹਾਨੂੰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦਾ ਹੈ ਕਿ 101% ਕਲੀਅਰ ਹੈ ਕਿ ਤੁਹਾਡੇ ਤੋਂ ECCE ਦੀ ਫੁੱਲ ਫਾਰਮ ਜ਼ਰੂਰ ਪੁੱਛੀ ਜਾਊਗੀ। ਤਾਂ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਜਿਹੜੀ ਇਹਦੀ ਫੁੱਲ ਫਾਰਮ ਬਣਦੀ ਹੈ, ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਮੈਂ ਲਿਖ ਦਿੰਦਾ ਅਰਲੀ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ, ਠੀਕ ਹੈ ਨਾ। ਤਾਂ ਇਹਦੀ ਫੁੱਲ ਫਾਰਮ ਜ਼ਰੂਰ ਯਾਦ ਰੱਖਿਓ ਕਿਉਂਕਿ ਕਾਫੀ ਸਾਰੀਆਂ ਫੁੱਲ ਫਾਰਮ ਤੁਹਾਨੂੰ ਜਿਹੜੀਆਂ ਹੈਗੀਆਂ ਪੁੱਛੀਆਂ ਜਾਣਗੀਆਂ। ਜਿਵੇਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾ ਦੇ ਵਿੱਚ ਜਿਹੜੀਆਂ ਹੈਗੀਆਂ ਸ਼ੋਰਟ ਫੁੱਲ ਫਾਰਮਸ ਆਉਂਦੀਆਂ ਨੇ, ਕੋਈ ਸੰਸਥਾ ਹੈਗੀ ਆ ਉਹਨੂੰ ਸ਼ੋਰਟ ਫੁੱਲ ਫਾਰਮ ਦੇ ਉੱਪਰ ਲਿਖਿਆ ਹੋਇਆ, ਤਾਂ ਉਹ ਸ਼ੋਰਟ ਫੁੱਲ ਫਾਰਮ ਤੁਹਾਨੂੰ ਜ਼ਰੂਰ ਪੁੱਛੀਆਂ ਜਾਣਗੀਆਂ। ਤਾਂ ਉਹ ਆਪਣੀਆਂ ਸਾਰੀਆਂ ਪਿਛਲੀ ਵੀਡੀਓ ਦੇ ਵਿੱਚ ਕਵਰ ਅਪ ਕੀਤੀਆਂ ਹੋਈਆਂ ਨੇ, ਤਾਂ ਜਿੰਨੀਆਂ ਵੀ ਸੰਸਥਾਵਾਂ ਨੇ। ਤਾਂ ਵੱਧਦੇ ਹਾਂ, ਸਭ ਤੋਂ ਪਹਿਲਾਂ ਕੀ ਹੈ, ਸਭ ਤੋਂ ਪਹਿਲਾਂ ਗੱਲ ਕੀਤੀ ਜਾਂਦੀ ਹੈ ਐਜੂਕੇਸ਼ਨ ਸਿਸਟਮਸ ਦੀ। ECCE ਉੱਪਰ ਆਪਣੇ ਵਿਚਾਰ ਦਿੱਤੇ, ਜਿਸ ਬੰਦਿਆਂ ਨੇ ਅਰਲੀ ਚਾਈਲਡਹੁੱਡ ਕੇਅਰ ਉੱਪਰ ਆਪਣੇ ਕੀ ਦਿੱਤੇ ਆ, ਵਿਚਾਰ ਦਿੱਤੇ ਆ। ਐਜੂਕੇਸ਼ਨ ਸਿਸਟਮਸ ਦਾ ਮਤਲਬ ਕੀ ਹੁੰਦਾ, ਸਿੱਖਿਆ ਅੰਦਰ ਜਿੰਨੇ ਵੀ ਬੰਦਿਆਂ ਦੁਆਰਾ ਕੋਈ ਵੀ ਕ੍ਰਾਂਤੀਕਾਰੀ ਕੰਮ ਕੀਤਾ ਜਾਂਦਾ ਉਹਨਾਂ ਨੂੰ ਐਜੂਕੇਸ਼ਨ ਸਿਸਟਮਸ ਕਿਹਾ ਜਾਂਦਾ ਹੈਗਾ, ਐਜੂਕੇਸ਼ਨ ਸਿਸਟਮਸ ਕਿਹਾ ਜਾਂਦਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ, ਜੋ ਵੀ ਬੰਦੇ ਸਿੱਖਿਆ ਦੇ ਵਿੱਚ ਕੰਮ ਕਰਦੇ ਆ ਜਾਂ ਸਿੱਖਿਆ ਦੇ ਵਿੱਚ ਨਵੀਂ ਖੋਜ ਕਰਦੇ ਆ, ਬੱਚਿਆਂ ਦੇ ਲਈ ਨਵੀਂ ਖੋਜ ਕਰਦੇ ਆ, ਉਹਨਾਂ ਨੂੰ ਕੀ ਕਿਹਾ ਜਾਊਗਾ, ਐਜੂਕੇਸ਼ਨ ਸਿਸਟਮ ਕਿਹਾ ਜਾਊਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਸਭ ਤੋਂ ਪਹਿਲਾਂ ਵੈਰੀ ਵੈਰੀ ਇੰਪੋਰਟੈਂਟ ਬਣੇਗਾ ਇਹ ਬੰਦਾ ਆਪਣੇ ਵਾਸਤੇ। ਸਭ ਤੋਂ ਪਹਿਲਾਂ ਬੰਦਾ ਜਿਹੜਾ ਹੈਗਾ ਸੀਗਾ ਜੌਨ ਓਮਸ ਕੌਮਸਿਸ ਜਿਹੜਾ ਹੈਗਾ ਪਹਿਲਾ ਐਜੂਕੇਸ਼ਨ ਸਿਸਟਮਸ ਰਿਹਾਗਾ। ਤਾਂ ਕੌਮੀਨਸ ਜਿਹੜਾ ਹੈਗਾ ਵੀ ਇਸਨੂੰ ਕਿਹਾ ਜਾਂਦਾ, ਕੌਮੀਨਸ ਵੀ ਕਿਹਾ ਜਾਂਦਾ। ਤਾਂ ਸ਼ੋਰਟ ਫਾਰਮ ਇਹਨੂੰ ਜ਼ਰੂਰ ਯਾਦ ਰੱਖਿਓ ਕਿ ਕੌਮੀਨਸ ਵੀ ਇਸ ਬੰਦੇ ਨੂੰ ਕਿਹਾ ਜਾਂਦਾ ਹੈ। ਤਾਂ ਫੁੱਲ ਫਾਰਮ ਜੇ ਸਾਰਾ ਯਾਦ ਨਹੀਂ ਹੁੰਦਾ ਤਾਂ ਓਮਸ ਰੱਖ ਲਿਓ ਜਾਂ ਕੌਮੀਸਸ ਰੱਖ ਲਿਓ, ਗੱਲ ਇੱਕੋ ਹੈ। ਤਾਂ ਆਪਦੇ ਹਿਸਾਬ ਨਾਲ ਜਿਹੜੇ ਤੁਹਾਨੂੰ ਨਾਮ ਬੈਟਰ ਯਾਦ ਰਹਿ ਸਕਦਾ ਉਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਇਹ ਇੱਕ ਜਿਹੜਾ ਹੈਗਾ ਐਜੂਕੇਸ਼ਨ ਸਿਸਟਮ ਸੀਗਾ, ਸਿਸਟਮ ਹੈ ਜਿਸ ਵਿੱਚ ਜਿਸ ਨੇ ਵਿਚਾਰ ਦਿੱਤਾ ਸੀ ਕਿ ECCE, ਠੀਕ ਹੈ ਨਾ, ਇਹਨੇ ਵਿਚਾਰ ਕੀ ਦਿੱਤਾ ਸੀਗਾ, ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦਾ ਵਿਚਾਰ ਦਿੱਤਾ ਸੀ। ਤਾਂ ਇਸ ਬੰਦੇ ਦਾ ਜਨਮ ਜਿਹੜਾ ਹੈਗਾ ਸੀਗਾ, ਉਹ ਕਿੱਥੇ ਹੋਇਆ ਸੀ, ਕਦੋਂ ਹੋਇਆ ਸੀ, ਉਹਦੇ ਬਾਰੇ ਵੀ ਆਪਾਂ ਥੋੜ੍ਹੀ ਮੋਟੀ ਝਾਕ ਮਾਰ ਲੈਂਦੇ ਹਾਂ। ਤਾਂ ਇਸ ਬੰਦੇ ਦਾ ਜਿਹੜਾ ਜਨਮ ਹੈ ਉਹ ਕਿੱਥੇ ਹੋਇਆ ਸੀਗਾ, 28 March 1592 ਨੂੰ ਹੋਇਆ ਸੀ ਇਸ ਬੰਦੇ ਦਾ ਜਨਮ। ਕਿੱਥੇ ਹੋਇਆ ਸੀ, ਚੈਸਨੋਵਾਕੀਆ ਦੇ ਵਿੱਚ ਇਸ ਬੰਦੇ ਦਾ ਜਨਮ ਹੋਇਆ ਸੀਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਚੈਸਨੋਵਾਕੀਆ ਦੇ ਵਿੱਚ ਇਸ ਬੰਦੇ ਦਾ ਜਨਮ ਹੋਇਆ ਸੀ, 28 March 1592 ਦੇ ਵਿੱਚ ਇਸ ਬੰਦੇ ਦਾ ਜਨਮ ਹੋਇਆ ਸੀ। ਅੱਛਾ, ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜੀ ਕਿ ਜੌਨ ਓਮਸ ਜਿਹੜਾ ਹੈ ਕੌਮਨਿਸਟ ਜਿਹੜਾ ਬੰਦਾ ਸੀ, ਇਹ ਕਿੱਥੋਂ ਦਾ ਸੀ ਜਾਂ ਕਿੱਥੋਂ ਦਾ ਰਹਿਣ ਵਾਲਾ ਸੀ ਜਾਂ ਇਸ ਦਾ ਜਨਮ ਕਿੱਥੇ ਹੋਇਆ, ਤਾਂ ਇਸ ਵਰਡ ਨੂੰ ਤੁਸੀਂ ਜ਼ਰੂਰ ਯਾਦ ਰੱਖਿਓ ਕਿਉਂਕਿ ਇਹ ਵਰਡ ਬਹੁਤ ਹੀ ਆਪਣੇ ਵਾਸਤੇ ਫਾਇਦੇਮੰਦ ਹੋ ਸਕਦਾ ਹੈਗਾ, ਠੀਕ ਹੈ ਨਾ। ਅਤੇ ਇਸ ਵਰਡ ਨੂੰ ਜ਼ਰੂਰ ਯਾਦ ਰੱਖਿਓ, ਜਨਮ ਕਦੋਂ ਹੋਇਆ 1592, ਕਦੋਂ 28 March 1592 ਚੈਸਨੋਵਾਕੀਆ ਦੇ ਵਿੱਚ ਹੋਇਆ ਸੀਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਸੈਕਿੰਡ ਕੀ ਸੀਗਾ ਕਿ ਇਹਦੀ ਮੌਤ ਕਦੋਂ ਹੁੰਦੀ ਹੈ, ਤਾਂ ਇਹਦੀ ਮੌਤ ਜਿਹੜੀ ਹੁੰਦੀ ਹੈ 15 November 1670 ਨੂੰ ਜਿਹੜੀ ਹੈਗੀ ਹੈ ਇਹਦੀ ਡੈਥ ਹੁੰਦੀ ਹੈ। ਅਤੇ ਇਹ ਵੀ ਯਾਦ ਰੱਖਿਓ ਜੀ, ਨੀਦਰਲੈਂਡ ਦੇ ਵਿੱਚ ਜਿਹੜੀ ਇਹਦੀ ਡੈਥ ਹੁੰਦੀ ਹੈ, ਤਾਂ ਨੀਦਰਲੈਂਡ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿ 1670 ਦੇ ਵਿੱਚ ਇਸਦੀ ਜਿਹੜੀ ਹੈਗੀ ਹੈ ਮੌਤ ਹੋ ਜਾਂਦੀ ਹੈ। ਤਾਂ ਉਸ ਸਮੇਂ ਦੀ ਜਿਹੜੀ ਜੋ ਸਿੱਖਿਆ ਪ੍ਰਣਾਲੀ ਸੀ ਉਸਦਾ ਇਸ ਬੰਦੇ ਦੁਆਰਾ ਕੀ ਕੀਤਾ ਗਿਆ ਸੀਗਾ, ਵਿਰੋਧ ਕੀਤਾ ਗਿਆ ਸੀਗਾ। ਜੌਨ ਓਮਸ ਦੁਆਰਾ ਕੀ ਕੀਤਾ ਗਿਆ ਸੀਗਾ ਕਿ ਉਸ ਸਮੇਂ ਜਿਹੜੀ ਸਿੱਖਿਆ ਪ੍ਰਣਾਲੀ ਚੱਲਦੀ ਸੀ, ਤਾਂ ਉਸ ਸਮੇਂ ਦੀ ਸਿੱਖਿਆ ਪ੍ਰਣਾਲੀ ਦਾ ਇਸ ਬੰਦੇ ਨੇ ਵਿਰੋਧ ਕੀਤਾ ਸੀ। ਕਹਿੰਦਾ ਵੀ ਇਹ ਸਿੱਖਿਆ ਪ੍ਰਣਾਲੀ ਬੱਚਿਆਂ ਦੇ ਲਈ ਸਹੀ ਨਹੀਂ ਹੈ। ਤਾਂ ਇਹ ਸਿੱਖਿਆ ਪ੍ਰਣਾਲੀ ਕੋਈ ਬੱਚਿਆਂ ਦੇ ਲਈ ਕੀ ਹੈ, ਇੱਕ ਅੱਤਵਾਦ ਤੋਂ ਘੱਟ ਨਹੀਂ ਹੈ। ਦੇਖੋ ਸੈਕਿੰਡ ਪੁਆਇੰਟ ਦੇ ਵਿੱਚ ਮੈਂ ਲਿਖਿਆ ਵੀ ਹੋਇਆ ਕਿ ਇਸ ਕਰਕੇ ਇਸ ਵਿਰੋਧ ਕੀਤਾ ਸੀ ਕਿਉਂਕਿ ਉਸ ਸਮੇਂ ਜੋ ਸਿੱਖਿਆ ਪ੍ਰਣਾਲੀ ਬੱਚਿਆਂ ਨੂੰ ਦਿੱਤੀ ਜਾਂਦੀ ਸੀ, ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਸੀ, ਉਹ ਕੋਈ ਅੱਤਵਾਦ ਤੋਂ ਘੱਟ ਨਹੀਂ ਹਨ। ਤਾਂ ਇਹ ਵਰਡ ਕਿਹਨੇ ਕਹੇ ਸੀਗੇ, ਕੌਮਨਿਸਟ ਨੇ ਕਹੇ ਸੀਗੇ ਜਾਂ ਜੌਨ ਓਮਸ ਦੁਆਰਾ ਕਹੇ ਗਏ ਸੀਗੇ। ਤਾਂ ਇਸ ਬੰਦੇ ਨੇ ਥਿਊਰੀ ਦਿੱਤੀ ਸੀਗੀ, ਥਿਊਰੀ ਆਫ ਬੋਇਜ਼
स्कूल थ्योरी ऑफ बॉयज़ जिहड़ी हैगी है, इस बंदे द्वारा ये थ्योरी दित्ती गई सी कि जिहड़े बच्चे उस समय स्कूल दे विच पढ़ रहे ने उन्हां नूं अत्तवाद तों जिहड़ा हैगा बनाया जा रहा है, अत्तवाद बनाया जा रहा है। तो ये वर्ड जिहड़े कहे सीगे जॉन ओमिस द्वारा जिहड़े हैगे आ कहे गए सी, इस चीज़ नूं जरूर याद रखिया। तो उन्होंने होर भी चीज़ एक गल कही, उन्होंने होर भी एक गल कही कि जो उस समय पढ़ाया जा रहा स्कूलों के पढ़ाया जा रहा है ना, स्कूलों के जो उस समय पढ़ाया जा रहा है वह की है, वह एक दिमाग का कसाई घर है, दिमाग का कसाई घर है। तो उन्होंने यह भी गल कही सी, देखो दो तीन चीज़ा कही कि पहली गल तो यह गई कि उस समय दी सिक्ख्या प्रणाली का इस बंदे द्वारा विरोध किया गया सी। नंबर एक मैं नोट कर लियो कि नंबर एक की सीगा विरोध किया गया उस समय दी सिक्ख्या प्रणाली का विरोध किया गया। नंबर दो ते इन्होंने की कहा कि अत्तवाद का नारा दिता कि जिहड़ा उस समय बच्चों नूं पढ़ाया जा रहा, बच्चों उस समय जिहड़ी चीज़ एजुकेशन पढ़ाई जा रही है वह कोई अत्तवाद तो घट नहीं है। तीजा इस बंदे ने कहा कि जिहड़ा स्कूल दे विच उस समय पढ़ाया जा रहा है वह की किया जाता गा दिमाग का कसाई घर कहा सीगा। किसनू स्कूल नू कहा सी दिमाग का कसाई घर कहा सीगा, किस चीज़ नू कहा सीगा, स्कूल नू कहा सीगा। तो इस चीज़ नू जरूर याद रखियो कि दो तीन पॉइंट जिहड़े इहदे बहुत जरूरी बनते हैं, तो उन्हां पॉइंटां नू जरूर याद रखना गा। उस समय इस द्वारा जिहड़ा हैगा ये भी कहा गया कि स्कूल जो उस समय स्कूल हैं उन्होंने 10 साल की सिक्ख्या एक साल के भी पढ़ाया जा सकता। वेरी वेरी इंपोर्टेंट पॉइंट बनता, मैं मार्क जरूर करूँगा इस पॉइंट को कि उस समय जो 10 साल के पढ़ाया जा रहा वो आप एक साल के कर सकते हैं पढ़ सकते हैं। तो यह चीज़ भी कि द्वारा कही गई सी, जॉन ओमिस द्वारा कही गई सी। तो इस चीज़ में भी जरूर याद रखियो, देखो इंपोर्टेंट सारे पॉइंट इंपोर्टेंट तुहानू दस्ते हुए आ, फालतू इहदे विच कुछ नहीं है, सारे पॉइंट ही अपने वास्ते बहुत जरूरी बनते हैं, तो सारयां नू जरूर याद रखना। इस द्वारा यह भी कहा गया कि जो अध्यापक बच्चे नू प्यार नाल नहीं पढ़ा सकते तो वह जिहड़ा हैगा कुटमार दे नाल भी नहीं पढ़ा सकते। गल कहण दा मतलब यह है जिहड़ा बंदा प्यार नाल नहीं पढ़ सकता वह कुटमार नाल भी नहीं पढ़ सकता, ठीक है ना। जिस बंदे ने धार लिया भी मैं पढ़ना ही नहीं है तो वह बंदा किवें पढ़ सकेगा। हुण गल इह है ताड़े ते गल है कि तुसी हुण जे तुसी कहा भी असी NTT का पेपर दे के असी 8393 पोस्टां दे विच आउणा है तो तुसी तैयारी करके आ जाओगे। जिहड़े बंदे तैयारी नहीं करने जिन्होंने धार ही होया भी धरने ला के आपां जिहड़े हैगे आ मंगा मंगा लांगे तो यह नहीं हो सकता, क्योंकि देखो तुसी नैशनल एजुकेशन पॉलिसी पहला पढ़ी है कि उन्होंने ये गल कही है कि टीचर नू अपडेट रहना चाहिए, टीचर अपडेट तां ही रहूगा जेकर सिक्ख्या नाल टच रहूगा, है ना। तो तुसी ऐसे चीज़ें करके ताड़ा टेस्ट लै रहा है भी तुसी किन्ना का एजुकेशन नाल टच हो। देखो हरेक पेपर जिहड़ा लिता जाता है, हरेक देखो ग्रैजुएशन तो बाद पेपर हुंदा है, कोई पोस्ट आउंदी है पेपर हुंदा है, तो वह यही देखते हैं कि तुसी किन्ना का टच रहने हो एजुकेशन दे नाल। एजुकेशन की गल कर रहे हैं तो एजुकेशन का पेपर हरेक महकमे के ही देखा जाता है कि तुसी नॉलेज नू किन्ना का टच करते हो, किन्ना का तुसी दिमाग खोल के बैठते हो ता जो तुहानू सारिया चीज़ों का पता लग सकता है। तो इस करके जिहड़ा हैगा अपना पेपर लैता जाता, पेपर कोई वाली वड्डी गल नहीं हुंदी, एक सिर्फ सिस्टम है उसनू चलाउण वास्ते पेपर जिहड़ा हैगा जरूर लैता जाता है, ठीक है। हुंदा भी है जिहड़े बंदे इंटैलीजेंट पढ़ते हैं वो अगे आ जाते हैं। एजुकेशन फलॉसफी कि इसकी की सी कि इसकी एजुकेशन फलॉसफी उपर विचार सी कि इस द्वारा एजुकेशन जिहड़ा हैगा विचार सी चार भागों के उसनों वंडिया गया सी। जिहड़ी जॉन ओमिस की एजुकेशन फलॉसफी सी उसनों चार भागों के वंडिया गया सीगा, किहड़ा किहड़ा सीगा वो डिस्कस करांगे, ठीक है जी। सब तो पहला की सीगा इनफेंसी, सैकेंड की सीगा चाइल्डहुड, थर्ड की सीगा बॉयहुड स्टेज, एंड चौथा सीगा यूथ, ठीक है ना। चार भागों के की सीगा, पहला सीगा शिशुकाल पंजाबी दे विच भी लिखा होया, दूसरा सीगा बचपन, तीसरा सीगा बालक जदों बच्चा जवान हो जाता थोड़ा जिहा, है ना, यूथ तो घट हुंदा पर जिहड़ा हैगा चाइल्डहुड तो वध हुंदा है। उस तो बाद जदों यंग जनरेशन दे विच आ जांदा, यूथ दी जिहड़ी उम्र हुंदी है वह 37 साल तक हुंदी है, वध तो वध 40 साल तक जिहड़ी हैगी है हुंदी है, यूथ दी उम्र जिहड़ी हुंदी है वध तो वध 40 साल
तक जी होंगी 37 to 40 साल के जोड़ा है बंदे यूथ मनिया जाता है तो इस चीज़ में जरूर याद रखियो ठीक है ना। तो हरेक चीज़ों के छे साल का इन्होंने फर्क लाया तो इस चीज़ में भी जरूर याद रखियो कि 6 साल इनफेंसी पीरियड 6 साल जोड़ा है 6 साल जोड़ा है बचपन चाइल्डहुड 6 साल जोड़ा है बॉयहुड जोड़ा है एंड 6 साल जोड़ा है यूथ एंड टोटल बन जाता है 24 टोटल कितना बन जाता है 24। एक मैं तुहानू एक गल दसी सी कि जो स्टार्ट की नैशनल एजुकेशन पॉलिसी के मैं तुहानू एक चीज़ पढ़ाई सी कि 5+3+3+4 नवी एजुकेशन पॉलिसी जी है लियाती गई सी सरकार द्वारा 5+3+3+4 टोटल बनते हैं 15 ठीक है ना। इन्हों याद रखना इस चीज़ में भी याद रखना इस चीज़ में भी याद रखना है तो यह कितने ना कितने इंटरलिंक करते हैं। ये चीज़ा बहुत जरूरी होंगे ने इदा दीज़ा पेपर के रिपीट तुम्हें देखने मिल गया 24 साल सिक्ख्या जोड़े है लगते हैं। देखो कहने का मतलब की है कि 24 साल लग जाते हैं सिक्ख्या के सिक्ख्या हासिल करने वास्ते। ओबियसली गल है कि आप देखो भी जोड़ा सही बंदा है सही है 3 साल तो जोड़ा है स्टडी स्टार्ट करता है 3 साल तो स्टार्ट की उस बंदे ने 18 साल तक की कर जाता वो +2 क्लीयर कर जाता 12वीं क्लीयर कर जाता उस तो बाद की है 3 साल लगते हैं ताडे ग्रैजुएशन दे ठीक है जी 3 साल लगते हैं ताडे ग्रैजुएशन दे 21 आ गया 2 साल ताडे जिहड़े लगते हैं पोस्ट ग्रैजुएशन दे ठीक है ना। हुण तो 2 साल की होगी तो पोस्ट ग्रैजुएशन दे ठीक है 2 to 3 साल भी लगते हैं ठीक है। तो टोटल कितना हो गया 24 हो गया। तो इदा का यह सिस्टम बनाया हुआ सी कि 24 साल तक जोड़ा है बच्चा अपनी स्टडी कंप्लीट कर लेंदा गा। तो यह सारिया चीज़ा उस हिसाब देखो स्टडी उम्र तो कोई नहीं हैगी हूँ भी तुसी 50 साल के हो जो फिर भी PhD कर सकते हो ठीक है ना। डिपेंड नहीं पर एक गल कही की है उस बंदे ने गल कही कि 24 साल तक तुम की कर सकते हो अपनी सिक्ख्या जोड़ा है हासिल करने के 24 साल लग जाते हैं। तो इस व्यक्ति द्वारा यह भी एक किताबा लिखिया गई सड़िया किताबा सी बहुत मशहूर किताबा आप गल करा द ग्रेट जोड़ा है डैडीएट द ग्रेट डैडीएट जी है एक किताब लिखी सी जो कि सारिया भाषा के लिखी गई सी ठीक है। उस तो बाद फंडामेंटल नेचर ऑफ चिल्ड्रन बच्चे की मौलिक प्रकृति की है यह भी इसकी किताब सी लर्न जोड़ा है थाउट सेंस ठीक है इंद्रिया राही सीखना ठीक है। एक बच्चे का जोड़ा मुख जोड़ा है मुख उपदेश होंगे कि वह सब तो ज़्यादा कि इंद्रिया राही सीखता है ना सुन के सीखना ठीक है स्वाद न सीखना कई बंद इंट्रस्ट होंगे हरेक चीज़ में सीखने के है ना स्वाद के नाल सीखना नवी चीज़ है उन्होंने बड़े इंट्रस्टिंग आप सोचते हैं देखते हैं सुनते हैं है ना। तो वह सारिया चीज़ा बड़े स्वाद के नाल सीखना ठीक है फील करके सीखना हाँ यार भी बहुत वधिया फील हो रहा चंगा लग रहा आपां नूं सीख के तो इदां दीआं सारिया चीज़ा जिहड़ियां हैगियां उदां नूं तैयार करना। तो थर्ड की है इंडिविजुअल डिफेंस व्यक्तिगत भावना विभिन्नता व्यक्तिगत विभिन्नता सारे बच्चे का इंट्रस्ट अलग अलग होंदा है एटीट्यूड भी अलग अलग होंदा है इंट्रस्ट भी अलग होगा एटीट्यूड भी अलग होगा कि देखो किवें मतलब किवें किस बंदे का भाई किसी बंदे का मैथ दे विच है ना मैथ दे विच किसी बंदे का साइंस दे विच ठीक है किसी बंदे का पंजाबी दे विच ठीक है किसी बंदे का कंप्यूटर दे विच अलग अलग हरेक बंदे का इंट्रस्ट होंदा है हरेक बंदे का अलग अलग एटीट्यूड होंदा किसी का चंगा एटीट्यूड होंदा किसी का बड़ा खतरनाक एटीट्यूड होंदा है ना। तो हरेक बंदे का अलग अलग इंट्रस्ट होंदा हरेक बंदे का अलग अलग की होंदा गा एटीट्यूड होंदा तो सब बच्चों का देख बैकग्राउंड भी अलग अलग होंदा गा कोई ज़्यादा अमीर होंदा कोई ज़्यादा गरीब होंदा कोई मीडियम होंदा सारे बच्चों के अलग अलग ज्ञान भी होंदा है ना। देखो ताडा ज्ञान अलग है मेरा ज्ञान अलग है हरेक बंदे का अपना अपना ज्ञान भी होंदा ठीक है ना। तो उस तो बाद फोर्थ जिहड़ी इहदी सीगी तो वह की सी रिलेशनशिप विद द स्कूल मार्क वर्कस एंड लाइफ रिलेशनशिप विद स्कूल वर्कस एंड लाइफ तो स्कूली कार्ज का जीवन नाल संबंध इदा दियाँ जड़िया है कहानियां सुन के जो स्कूलों के आले दुआले गूंजदिया हैं तो उदा बहुत कुछ सीखता बच्चा। उस तो फिफ्थ कला जी है पॉजिटिव जोड़ा है डिसिपलिन ठीक है सकारात्मक अनुशासन जोड़ा है वो होना चाहिए है बच्चे अंदर सौन बैठना बोलन आदि आ सब चीज़ों का जोड़ा है चंगा अनुशासन होना चाहिए है
ਤਾਂ ਕਹਿਣ ਦਾ ਮਤਲਬ ਕੀ ਹੈ ਕਿ ਬੱਚੇ ਅੰਦਰ ਸੌਣਾ ਬੈਠਣਾ ਅਤੇ ਬੋਲਣ ਦਾ ਸਭ ਚੀਜ਼ਾਂ ਦਾ ਜਿਹੜਾ ਹੈਗਾ ਖਾਣ ਪੀਣ ਦਾ ਡਿਸਿਪਲਿਨ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਮੰਨ ਲਓ ਭਾਈ ਗੁਲਾਬ ਜਾਮਣ ਮਿਲ ਗਈ ਤਾਂ ਬੰਦਾ ਹਿੱਲ ਗਿਆ ਗੁਲਾਬ ਜਾਮਣ ਨੂੰ ਦੇਖ ਗਿਆ, ਹੈ ਨਾ, ਬਰਫੀ ਮਿਲ ਗਈ ਬੰਦਾ ਹਿੱਲ ਗਿਆ ਬਰਫੀ ਨੂੰ ਦੇਖ ਕੇ, ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਬੜੇ ਹੀ ਪਿਆਰ ਨਾਲ ਢੰਗ ਨਾਲ ਉਸ ਹਰੇਕ ਚੀਜ਼ ਨੂੰ ਖਾਣਾ ਪੀਣਾ ਚਾਹੀਦਾ, ਡਿਸਿਪਲਿਨ ਦੇ ਵਿੱਚ ਰਹਿ ਕੇ ਖਾਣਾ ਪੀਣਾ ਚਾਹੀਦਾ। ਇਹ ਨਹੀਂ ਹੈਗਾ ਵੀ ਖਾਣ ਲੱਗੇ ਤੁਸੀਂ ਆਪਣਾ ਸਾਰਾ ਸ਼ਰਟ ਵਗੈਰਾ ਲਪੇਟ ਲਈ, ਹੈ ਨਾ, ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਬੱਚੇ ਨੂੰ ਸਿਖਾਉਣੀਆਂ ਚਾਹੀਦੀਆਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ, ਸਿਖਾਉਣੀਆਂ ਚਾਹੀਦੀਆਂ ਨੇ ਹਰੇਕ ਵਾਸਤੇ ਆ, ਵੱਡਿਆਂ ਛੋਟਿਆਂ ਵਾਸਤੇ ਆ। ਕਈ ਵਾਰੀ ਬੰਦੇ ਕੀ ਕਰਦੇ ਆ ਕਿ ਚਾਹ ਪੀਂਦੇ ਬਿਸਕੁਟ ਚਾਹ 'ਚ ਡੁਬੋ ਕੇ ਖਾਂਦੇ ਆ ਤਾਂ ਬਿਸਕੁਟ ਸ਼ਰਟ ਦੇ ਉੱਪਰ ਅੱਗੇ ਡਿੱਗ ਜਾਂਦਾ, ਤਾਂ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਤਾਂ ਬੜਾ ਹੀ ਡਿਸਿਪਲਿਨ ਦੇ ਨਾਲ ਚੀਜ਼ਾਂ ਨੂੰ ਖਾਣਾ ਪੀਣਾ ਚਾਹੀਦਾ ਹੈਗਾ। ਅੰਡਰਸਟੈਂਡ ਮੋਟਿਵ, ਉਸ ਤੋਂ ਬਾਅਦ ਅੰਡਰਸਟੈਂਡ ਮੋਟਿਵ, ਬੱਚੇ ਦਾ ਏਮ ਕੀ ਹੈ, ਠੀਕ ਹੈ ਨਾ। ਸਿਮੂਲੇਟ, ਬੱਚੇ ਨੂੰ ਬਾਹਰੀ ਊਰਜਾ ਦੇਣਾ, ਬੱਚੇ ਨੂੰ ਸਮਝਣਾ ਬੱਚੇ ਦਾ ਕੀ ਮੋਟਿਵ ਹੈ। ਦੇਖੋ ਬੱਚਾ, ਬੱਚੇ ਦਾ ਇੰਟਰਸਟ ਹੁੰਦਾ ਹੈ ਡਿਫੈਂਸ ਬਣੀ ਜਾਣਾ, ਠੀਕ ਹੈ, ਆਪਾਂ ਧੱਕੇ ਨਾਲ ਉਹਨੂੰ ਕੀ ਕਹਿੰਦੇ ਇੰਜੀਨੀਅਰਿੰਗ ਬਣਾ ਦਿੰਦੇ, ਹੈ ਨਾ। ਬੱਚੇ ਦਾ ਏਮ ਹੁੰਦਾ ਕਿ ਮੈਂ ਡਾਕਟਰੀ ਲੈਣ ਬਣੀ ਜਾਣਾ, ਤਾਂ ਆਪਾਂ ਬੱਚੇ ਨੂੰ ਕੀ ਕਰ ਦਿੰਦੇ ਹਾਂ ਕਿ ਨਹੀਂ ਨਹੀਂ ਡਾਕਟਰੀ ਲੈਣ ਬਣੀ ਨਹੀਂ ਹੈਗਾ, ਤਾਂ ਤੁਸੀਂ ਡਿਫੈਂਸ ਬਣੀ ਵਗ ਜਾਓ। ਤਾਂ ਬੱਚੇ ਦੇ ਏਮ ਨੂੰ ਦੇਖਣਾ ਹੈਗਾ, ਬੱਚੇ ਦੇ ਏਮ ਨੂੰ ਅੰਡਰਸਟੈਂਡ ਕਰਨਾ ਵੀ ਬੱਚਾ ਕਿਸ ਲਾਈਨ ਬਣੀ ਜਾ ਸਕਦਾ ਹੈਗਾ। ਤਾਂ ਇਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੌਨ ਐਮਸ ਨੇ ਦੱਸੀਆਂ ਸੀਗੀਆਂ। ਟੀਚਿੰਗ ਮਟੀਰੀਅਲ ਯੂਜ਼, ਇੱਦਾਂ ਦਾ ਟੀਚਿੰਗ ਮਟੀਰੀਅਲ ਦੀ ਵਰਤੋਂ ਕਰੋ ਜੋ ਬੱਚਿਆਂ ਦੀ ਜ਼ਰੂਰਤ ਅਨੁਸਾਰ ਹੁੰਦਾ, ਬੱਚਿਆਂ ਦੀ ਜ਼ਰੂਰਤ। ਦੇਖੋ ਹੁਣ ਤਾਂ ਪਹਿਲਾਂ ਤਾਂ ਦੇਖੋ ਚੀਜ਼ਾਂ ਅਲੱਗ ਹੁੰਦੀਆਂ ਸੀ, ਹੁਣ ਤਾਂ ਹਰੇਕ ਸਬਜੈਕਟ ਦਾ ਸਟੱਡੀ ਮਟੀਰੀਅਲ ਹੁੰਦਾ, ਸਿਲੇਬਸ ਹੁੰਦਾ। ਦੇਖੋ ਤੁਹਾਨੂੰ ਐਨ ਟੀ ਟੀ ਦਾ ਪੇਪਰ ਦਿੱਤਾ ਹੈ, ਐਨ ਟੀ ਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ 5-6 ਟੋਪਿਕ ਜਿਹੜੇ ਹੈਗੇ ਆ ਭਾਈ ਕਰੀਕੁਲਮ ਦੇ ਆ, 5-6 ਟੋਪਿਕ ਜਿਹੜੇ ਤੁਹਾਡੇ ਹੈਗੇ ਆ ਤੁਹਾਡੇ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਆ, 10 ਕੁ ਟੋਪਿਕ ਤੁਹਾਡੇ ਭਾਈ ਜਿਹੜੇ ਹੈਗੇ ਆ ਸੀ ਡੀ ਪੀ ਦੇ ਆ। ਹਰੇਕ ਟੋਪਿਕ ਦਿੱਤਾ ਨਾ, ਟੀਚਿੰਗ ਮਟੀਰੀਅਲ ਦਿੱਤਾ ਨਾ ਤੁਹਾਨੂੰ ਉਹਨਾਂ ਨੇ ਪੇਪਰ ਵਿੱਚ। ਅਸੀਂ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਆਹ ਸਿਲੇਬਸ ਦੇ ਵਿੱਚੋਂ ਤੁਹਾਨੂੰ ਕੀ ਕਰਾਂਗੇ, ਪੇਪਰ ਪਾਵਾਂਗੇ, ਤੁਸੀਂ ਯਾਦ ਕਰ ਲਿਓ ਅਤੇ ਤੁਸੀਂ ਪੇਪਰ ਕਲੀਅਰ ਕਰ ਸਕਦੇ ਹੋ। ਤਾਂ ਇਹ ਸਾਰੀਆਂ ਚੀਜ਼ਾਂ ਕਿਹਨੇ ਕਹੀਆਂ ਸੀਗੀਆਂ, ਜੌਨ ਓਮਸ ਨੇ ਕਹੀਆਂ ਸੀਗੀਆਂ। ਤਾਂ ਇਸ ਬੰਦੇ ਨੂੰ ਜ਼ਰੂਰ ਯਾਦ ਰੱਖਿਓ ਕਿਹੜੀਆਂ ਕਿਹੜੀਆਂ ਜਿਹੜਾ ਹੈਗਾ ਇਸ ਬੰਦੇ ਨੇ ਗੱਲਾਂ ਕਹੀਆਂ ਸੀਗੀਆਂ। ਤਾਂ ਇਸ ਬੰਦੇ ਨੇ ਜਿਹੜੀ ਹੈਗੀ ਆ ਫਿਲੋਸਫੀ ਜਿਹੜੀ ਹੈਗੀ 4 ਭਾਗਾਂ ਦੇ ਵਿੱਚ ਵੰਡੀ ਸੀ, ਉਹ ਵੀ ਤੁਹਾਨੂੰ ਮੈਂ ਦੱਸੀ ਹੈ। ਬੰਦੇ ਦੀਆਂ 6-7 ਕਿਤਾਬਾਂ ਲਿਖੀਆਂ ਹੋਈਆਂ, ਉਸ ਬੰਦੇ ਦੀਆਂ ਕਿਤਾਬਾਂ ਨੂੰ ਵੀ ਜ਼ਰੂਰ ਯਾਦ ਰੱਖਣਾ। ਸਾਰੀ ਇਕੱਲੀ ਇਕੱਲੀ ਚੀਜ਼ ਨੂੰ ਜ਼ਰੂਰ ਯਾਦ ਰੱਖਣਾ ਆਪਣੇ ਵਾਸਤੇ ਬਹੁਤ ਜ਼ਰੂਰੀ ਬਣ ਸਕਦਾ ਹੈਗਾ। ਸੈਕਿੰਡ ਜਿਹੜਾ ਬੰਦਾ ਹੈਗਾ, ਠੀਕ ਹੈ, ਵੈਸੇ ਤਾਂ ਇਹਦਾ ਸ਼ੋਰਟ ਨੇਮ ਹੈ ਰੂਸ਼ੋ, ਠੀਕ ਹੈ ਨਾ, ਜੈਨ ਜੈਕਸ ਰੂਸ਼ੋ, ਜੈਨ ਜੈਕਸ ਰੂਸ਼ੋ। ਇਹਦਾ ਜਨਮ ਜਿਹੜਾ ਹੈਗਾ 1712 ਤੋਂ ਲੈ ਕੇ 1798 ਤੱਕ ਜਿਹੜਾ ਰਿਹਾ ਸੀ ਇਹ ਬੰਦਾ। ਇਸਦਾ ਜਨਮ ਜਿਹੜਾ ਹੈਗਾ ਸਵਿਸ ਦੇ ਵਿੱਚ ਹੋਇਆ ਸੀ, ਅਤੇ ਇਸ ਨੂੰ ਜਿਹੜਾ ਹੈਗਾ ਫਾਦਰ ਆਫ ਮਾਡਰਨ ਐਜੂਕੇਸ਼ਨ, ਵੈਰੀ ਵੈਰੀ ਇੰਪੋਰਟੈਂਟ ਬਣੇਗਾ ਕਿ ਫਾਦਰ ਆਫ ਮਾਡਰਨ ਐਜੂਕੇਸ਼ਨ। ਅੱਛਾ, ਇੱਕ ਗੱਲ ਹੋਰ ਸੀਗੀ ਮੇਰੀ, ਜਿਸ ਬੰਦੇ ਨੇ ਮੇਰੀ ਪੰਜਾਬ ਜੀ ਕੇ ਦੀ ਕਲਾਸ ਲਾਈ ਹੋਈ ਹੈ ਨਾ, ਤਾਂ ਉਹਦੇ ਵਿੱਚ ਵੀ ਸੀਗਾ ਫਾਦਰ ਆਫ ਮਾਡਰਨ ਰਾਈਟਰ, ਠੀਕ ਹੈ ਨਾ। ਤਾਂ ਆਹੀ ਕੁਐਸਚਨ ਪੰਜਾਬ ਜੀ ਕੇ ਦੇ ਵਿੱਚ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੈਗਾ, ਫਾਦਰ ਆਫ ਮਾਡਰਨ ਰਾਈਟਰ, ਠੀਕ ਹੈ ਨਾ। ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਰਿਆਂ ਨੇ ਦੱਸਣਾ ਵੀ ਫਾਦਰ ਆਫ ਮਾਡਰਨ ਸਾਹਿਤ ਦਾ ਕੁਐਸਚਨ ਹੈ। ਬਹੁਤ ਵਾਰੀ ਪੇਪਰ ਦੇ ਵਿੱਚ, ਪਿਛਲੀ ਵਾਰ ਮੈਂ ਤੁਹਾਨੂੰ ਦੱਸ ਦਿੰਦਾ, ਪਿਛਲੀ ਵਾਰ ਜਿਹੜੀਆਂ ਬਾਰਡਰ ਏਰੀਏ ਦੀਆਂ ETT ਦੀਆਂ ਪੋਸਟਾਂ ਆਈਆਂ ਸੀ, ਉਹਦੇ ਵਿੱਚ ਇਹ ਕੁਐਸਚਨ ਰਿਪੀਟ ਹੋਇਆ ਸੀ। ਉਹਦੇ ਵਿੱਚ ਚੱਕ ਕੇ ਦੇਖ ਲਓ ਜੀ ਪੇਪਰ, ਤਾਂ ਉਹਦੇ ਵਿੱਚ ਇਹ ਕੁਐਸਚਨ ਰਿਪੀਟ ਹੋਇਆ ਸੀ, ਫਾਦਰ ਆਫ ਮਾਡਰਨ ਰਾਈਟਰ ਕਿਸ ਨੂੰ ਕਿਹਾ ਜਾਂਦਾ ਹੈ। ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਰਿਆਂ ਨੇ ਦੱਸਣਾ, ਜਿਸ ਬੰਦੇ ਨੇ ਮੇਰੀਆਂ, ਜਿਸ ਕੈਂਡੀਡੇਟ ਨੇ, ਜਿਸ ਭੈਣ ਭਰਾ ਨੇ ਮੇਰੀਆਂ ਕਲਾਸਾਂ ਯੂਟਿਊਬ ਦੇ ਉੱਪਰ ਦੇਖੀਆਂ ਹੋਈਆਂ ਨੇ। ਪੰਜਾਬ GK ਦੀਆਂ ਇੱਕ ਪਲੇਲਿਸਟ ਬਣੀ ਹੋਈ ਹੈ, ਸਾਰਿਆਂ ਦੀ ਪਲੇਲਿਸਟ ਬਣੀ ਹੋਈ ਹੈ। ਪਲੇਲਿਸਟ ਦੇ ਵਿੱਚ ਪੰਜਾਬ GK ਅਲੱਗ ਹੈ, ਹਿਸਟਰੀ ਅਲੱਗ ਹੈ, ਨੈਸ਼ਨਲ ਪੋਲਿਸੀ ਅਲੱਗ ਹੈ, ਕਰੀਕੁਲਮ ਅਲੱਗ ਹੈ, CDP ਅਲੱਗ ਹੈ। ਹਰੇਕ ਚੀਜ਼ਾਂ ਦੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਪਲੇਲਿਸਟ ਬਣੂਗੀ, ਉਹਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਦੇਖ ਸਕਦੇ ਹੋ। ਜਿਹੜਾ ਕਹਿੰਦਾ ਵੀ ਮੇਰੀਆਂ ਸਾਹਿਤ ਦੀਆਂ ਕਿਤਾਬਾਂ ਯਾਦ ਨਹੀਂ ਰਹਿੰਦੀਆਂ, ਤਾਂ ਤੁਸੀਂ 5 ਮਿੰਟਾਂ ਦੇ ਵਿੱਚ ਕਿਤਾਬਾਂ ਯਾਦ ਰੱਖ ਸਕਦੇ ਹੋ, ਕਿਉਂਕਿ ਬਾਇਓਟ੍ਰਿਕਸ ਦੇ ਨਾਲ ਤੁਹਾਨੂੰ ਦੱਸਿਆ ਹੋਇਆ। ਤਾਂ ਇਸ ਬੰਦੇ ਨੂੰ ਕੀ ਕਿਹਾ ਜਾਂਦਾ ਸੀਗਾ, ਰੂਸ਼ੋ ਨੂੰ ਕੀ ਕਿਹਾ ਜਾਂਦਾ ਸੀਗਾ, ਫਾਦਰ ਆਫ ਮਾਡਰਨ ਐਜੂਕੇਸ਼ਨ ਕਿਹਾ ਜਾਂਦਾ ਸੀ। ਜ਼ਰੂਰ ਯਾਦ ਰੱਖਿਓ, ਇੰਪੋਰਟੈਂਟ ਬਣਦਾ ਹੈ, ਪੇਪਰ ਦੇ ਵਿੱਚ 101% ਆ ਸਕਦਾ ਹੈਗਾ। ਉਸ ਤੋਂ ਬਾਅਦ ਸੀਗਾ ਸਿੱਖਿਆ ਨੂੰ ਲੈ ਕੇ, ਜੋ ਸਿੱਖਿਆ ਉੱਪਰ ਇਸਦਾ ਸਿਧਾਂਤ ਸੀ ਉਹ ਕੀ ਸੀਗਾ, ਨੈਚੁਰਲਿਜ਼ਮ ਸੀਗਾ, ਪ੍ਰਕਿਰਤੀਵਾਦ, ਕੁਦਰਤ ਦੁਆਰਾ, ਕੁਦਰਤ ਦੁਆਰਾ ਵੀ ਕਹਿ ਸਕਦੇ ਹੋ, ਕੁਦਰਤ
कुदरत द्वारा। बच्चा की है कि कुदरती रूप में अपने आप को तराशता हैगा, अपने आप को जिहड़ा हैगा अगे लैके जाता है। तो कुदरती कुदरत प्रकृतिवाद को नैचुरलाइजम इस बंदे ने पहल दी सी कि इसका सिद्धांत से। देखो उस बंदे का सिद्धांत की सीगा कि फिलोसफर का की सीगा कि चार भागों के वंडिया गया। इस बंदे का की सीगा एजुकेशन सिक्ख्या नूं लैके की सिद्धांत सी कि प्रकृतिवाद नैचुरलाइजम कुदरत दे हिसाब नाल ही बंदा सीखेगा, तुसीं धक्के नाल किसे बंदे नूं नहीं सिखा सकते। तो इस बंदे का जिहड़ा किताबां सी बहुत वधिया, इस बंदे दीआं किताबां रहीआं ने, दो किताबां बड़ियां फेमस होईआं ने, ठीक है। इमाइल्स जो 1762 दे विच लिखी गई सी, तुहानू ईयर नहीं पुछा जाऊगा, तुसीं जरूर याद रखना कि इमाइल्स जिहड़ी हैगी आ बुक सीगी उह किहदी सीगी, रूशो दी सीगी। सोशल कंट्रैक्ट भी जिहड़ी बुक सीगी उह भी किहदी सीगी, वह भी की सी भाई रूशो दी सी। तां इह बंदिआं दे दोनों के नाम जरूर याद रखना, अपोर्डेंट अपने वास्ते जरूर बनता है। उस तो बाद जी इसका एक नारा सी, स्लोगन जिन्हों आप कह सकते हैं, इहदा एक नारा सी रिटर्न टू नेचर, कुदरत वल आना। क्या बात है, बहुत वधिया गल कही है बंदे ने, कुदरत वल आना, रिटर्न टू नेचर। प्रकृतिवाद फिलोसफर प्री प्राइमरी एजुकेशन लैके इसका विचार सीगा कि नैचुरलिज्म जिहड़ी हैगी एजुकेशन होनी चाहिए है। जल्दी जल्दी आप सारे टॉपिक अज जिहड़ा हैगा कंप्लीट कर रहा है, होगा घंटा सवा घंटे का टॉपिक चलेगा। तो इस बड़े आनंद के नाल बड़े पेपर के बहुत सारे क्वेश्चन निकलने ये, ठीक है ना। यही इस तो बाद मैं इसकी PDF भी लैके आवागा, क्वेश्चन MCQ भी लैके आवागा। इस बारे ये भी कहा गया कि बच्चे का विकास और वाधा कुदरत के हिसाब न होना चाहिए, बच्चे का जोड़ा विकास है वाधा है वह कुदरत के हिसाब न होना चाहिए, छेड़छाड़ नहीं करनी भाई तुम जोड़े विकास के वाधे। इस बारे ये भी कहा गया कि कुदरत नूं अपना एक्शन लेना चाहिए जिस नाल बच्चे का विकास हो सके कुदरत द्वारा। देखो हरेक गल इहदी कुदरत दी कीती जांदी है। रूशन ने खेडण उपर जोर दिता, ठीक है ना। रूशन ने की कहा, बच्चों नूं खेडण दे उपर जोर दिता, मेक गेम्स एंड एजुकेशन, खेडना नूं सिखना सिक्ख्या बनाउणा ते सिक्ख्या नूं खेडा बनाउणा। ये गल की ने कही सी, रूशन ने कही सी, वेरी वेरी इंपोर्टेंट बनेगा कि इन्नी लाइन तुसीं कहना भी रट्टा मार लो बई इन्नी लाइन नूं, मेक ए गेम एंड एजुकेशन, एजुकेशन ए गेम, खेडा खेडन नूं सिक्ख्या। अते मैं इत्थे पंजाबी दे विच लिख लैणा जे तुहानूं नहीं दिंदा, खेडा नूं सिक्ख्या अते सिक्ख्या नूं खेडा बनाउणा, ठीक है ना। ये किने कहा सीगा, तो यह बंदा सीगा रूशो ने कहा सी, ये गल्लां किने कहीयां सी, रूशो ने कहीयां सी। तो इस नूं जरूर याद रखियो, तुहानूं इदां दा पुछ लैणगे कि मेक गेम्स एंड एजुकेशन, एजुकेशन ए गेम, ठीक है ना। खेडण नूं सिक्ख्या ते सिक्ख्या नूं खेडणा बनाउणा किस बंदे द्वारा कहा गया सी, तां रूशो द्वारा ये गल कही गई सी। टीच लैस फ्रॉम बुक मोर फ्रॉम लाइफ, किताबां नाल टीच ना करो, जिंदगी दे नाल टीच करो। कई बंदे हुंदे आ किताबां ते जोर दवा देंदे आ, है ना। कई बंदे हुंदे आ, तुसीं भी देखिया होना काफ़ी इंस्टीट्यूट भी इदां दी हुंदे आ कि उन्हां ने अपनियां बुकां नूं पबलिश कीता होया, ठीक है ना। जोर दवाउणगे तुहानूं किताबां दे उपर नहीं, किताबां नाल पढ़ के कदे कुछ नहीं बनदा, तुसीं जिंदगी नाल टीच करो बच्चे नूं, बच्चे दी जिंदगी नाल टीच करो, उस नूं इदां दा समझाओ कि उह जिंदगी दे विच उह याद रखे कि मैं किसे टीचर तों पढ़ के आयागा। उस तों बाद है जी ऑब्जेक्ट टीचिंग उपर इस बंदे ने जोर दिता सी, इस चीज़ नूं भी जरूर याद रखियो। उस तो बाद थर्ड बंदा जिहड़ा आउंदा हैगा, उस बंदे दा नाम की है, जॉन हैनरिक जिहड़ा हैगा बंदा सीगा, जॉन हैनरिक पेस्टालॉजिक, जॉन हैनरिक पेस्टालॉजिक बंदा सी, 1746 दे विच आया सी, 1827 दे विच इस बंदे दी डैथ हो जाती है। तो इस बंदे दा जिहड़ा जन्म है, इस बंदे दा जिहड़ा जन्म है वह जन्म जिहड़ा हैगा स्विट्ज़रलैंड दे ज्यूरिख दे विच होया सीगा, शहर दे विच होया सी। तो इस बंदे नूं जरूर याद रखियो, इसने जिहड़ा हैगा अनाथ आलजम बनाया सी, अनाथ आरम जिहड़ा बनाया सीगा वह कित्थे बनाया सी, बरगोर्ज शहर दे विच जिहड़ा हैगा बनाया सी। इस द्वारा किताब भी लिखी गई सीगी, की सीगी ग्रेजुएट, तो इस बारे जी है किताब लिखी गई ग्रेजुएट टीचर हेयर चिल्ड्रन, ठीक है ना। तो इस किताब का नाम जरूर याद रखियो। फलो इस बंदे का सिद्धांत की सीगा, विचारधारा की सी, जब जो आप गल की जाए ह्यूमन डिवेलपमेंट, ठीक है ना।
ਸਰਬਪੱਖੀ ਬੱਚੇ ਦਾ ਸਰਬਪੱਖੀ ਵਿਕਾਸ ਹੋਣਾ। ਦੇਖੋ ਉਸ ਬੰਦੇ ਦੀ ਪ੍ਰਕਿਰਤੀ ਵਾਸਤੇ ਪਹਿਲੇ ਵਾਲੇ ਬੰਦੇ ਦਾ ਜਿਹੜਾ ਹੈਗਾ ਚਾਰ ਸਿਧਾਂਤ ਦਿੱਤੇ ਸੀਗੇ ਉਹਨੇ, ਠੀਕ ਹੈ, ਸ਼ਿਸ਼ੂ ਕਾਲ, ਇਨਫੈਂਸੀ ਪੀਰੀਅਡ, ਚਾਈਲਡਹੁੱਡ, ਬੋਏਹੁੱਡ, ਜੰਗ, ਹੈ ਨਾ। ਤਾਂ ਇੱਦਾਂ ਦਾ ਉਸ ਬੰਦੇ ਨੇ ਚਾਰ ਸਿਧਾਂਤ ਦਿੱਤੇ ਸੀ। ਉਸ ਤੋਂ ਬਾਅਦ ਅਗਲਾ ਐਜੂਕੇਸ਼ਨ ਸਿਸਟਮ ਆਇਆ, ਰੂਸੋ ਆਇਆ। ਤਾਂ ਰੂਸੋ ਨੇ ਕੀ ਕੀਤਾ, ਉਸ ਦਾ ਵਿਚਾਰ ਸੀਗਾ ਕਿ ਪ੍ਰਕਿਰਤੀਵਾਦ ਹੋਣੀ ਚਾਹੀਦੀ ਹੈ। ਥਰਡ ਬੰਦਾ ਆਉਂਦਾ ਜਿਹੜਾ, ਤਾਂ ਥਰਡ ਬੰਦੇ ਦਾ ਜਿਹੜਾ ਸਿਧਾਂਤ ਹੈ ਉਹਦਾ ਕੀ ਸੀਗਾ, ਹਿਊਮਨ ਡਿਵੈਲਪਮੈਂਟ। ਤਾਂ ਥਰਡ ਬੰਦੇ ਦਾ ਸਿਧਾਂਤ ਕੀ ਸੀਗਾ, ਹਿਊਮਨ ਡਿਵੈਲਪਮੈਂਟ। ਜੌਨ ਹੈਨਰਿਕ ਦਾ ਜਿਹੜਾ ਸਿਧਾਂਤ ਸੀਗਾ ਉਹ ਕੀ ਸੀਗਾ ਜੀ, ਹਿਊਮਨ ਡਿਵੈਲਪਮੈਂਟ ਦਾ ਸੀ, ਬੱਚੇ ਦਾ ਸਰਬਪੱਖੀ ਵਿਕਾਸ ਹੋਣਾ, ਇਹਦੀ ਵਿਚਾਰਧਾਰਾ ਸੀਗੀ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਇਸ ਦੁਆਰਾ ਇਹ ਵੀ ਕਿਹਾ ਗਿਆ ਕਿ ਜੋ ਬੱਚੇ ਦੀ ਸਿੱਖਣ ਦੀ ਸ਼ਕਤੀ ਹੈ ਉਹ ਕੇਂਦਰਿਕ ਹੋਣੀ ਚਾਹੀਦੀ ਆ। ਬੱਚੇ ਦੀ ਸਿੱਖਿਆ ਦੀ ਸ਼ਕਤੀ, ਸਿੱਖਣ ਦੀ ਸ਼ਕਤੀ ਕੀ ਹੋਣੀ ਚਾਹੀਦੀ ਹੈ, ਕੇਂਦਰਿਕ ਹੋਣੀ ਚਾਹੀਦੀ ਹੈ। ਇਸ ਗੱਲ ਨੂੰ ਕਿਹਨੇ ਕਿਹਾ ਸੀਗਾ, ਜੌਨ ਜਿਹੜਾ ਹੈਗਾ ਜੌਨ ਹੈਨਰਿਕ ਨੇ ਕਿਹਾ ਸੀਗਾ। ਤਾਂ ਇਸ ਨੂੰ ਜ਼ਰੂਰ ਯਾਦ ਰੱਖਿਓ। ਇਸ ਦੁਆਰਾ ਇਹ ਵੀ ਕਿਹਾ ਗਿਆ ਕਿ ਸਿੱਖਣ ਦੀ ਜ਼ਿੰਦਗੀ ਨੂੰ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਸਿੱਖਣਾ ਕੀ ਹੁੰਦਾ ਗਾ, ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਚੀਜ਼ ਦਿੱਤੀ ਗਈ ਸੀਗੀ ਜੌਨ ਹੈਨਰਿਕ ਨੇ। ਇਸ ਦੁਆਰਾ ਇਹ ਵੀ ਕਿਹਾ ਗਿਆ ਕਿ ਅਧਿਆਪਕ ਦੁਆਰਾ ਬੱਚੇ ਨੂੰ ਪਹਿਲਾਂ ਸਮਝ ਲੈਣਾ ਚਾਹੀਦਾ। ਹਾਂਜੀ, ਬਹੁਤ ਵਧੀਆ ਗੱਲ ਕਹੀ ਸੀ ਬੰਦੇ ਨੇ ਕਿ ਹਰੇਕ ਚੀਜ਼ ਨੂੰ ਬੱਚੇ ਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਅਧਿਆਪਕ ਨੂੰ ਬੱਚੇ ਨੂੰ ਸਮਝ ਲੈਣਾ ਚਾਹੀਦਾ ਕਿ ਬੱਚਾ ਕਿਹੜੀ ਚੀਜ਼ ਕਿਹੜੀ ਭਾਸ਼ਾ ਨਾਲ ਸਮਝ ਸਕੇਗਾ। ਬੱਚੇ ਦੀ ਪ੍ਰੀ ਪ੍ਰਾਇਮਰੀ ਸਕੂਲ ਅੰਦਰ ਮਾਂ ਦਾ ਰੋਲ ਬਹੁਤ ਅਦਾ ਜਿਹੜਾ ਹੈਗਾ ਬਹੁਤ ਹੁੰਦਾ ਹੈਗਾ। ਬੱਚੇ ਦੀ ਪ੍ਰੀ ਪ੍ਰਾਇਮਰੀ ਸਕੂਲ ਜਦੋਂ ਬੱਚਾ ਬੈਠਣਾ ਸਿੱਖਦਾ ਤਾਂ ਉਸ ਨੂੰ ਇੱਕ ਮਾਂ ਦਾ ਰੋਲ ਅਧਿਆਪਕ ਦੁਆਰਾ ਦੇਣਾ ਬਹੁਤ ਹੀ ਜ਼ਰੂਰੀ ਹੁੰਦਾ ਹੈਗਾ। ਜੇਕਰ ਉਹ ਮਾਂ ਦੀ ਮਮਤਾ ਕਲਾਸ ਦੇ ਵਿੱਚ ਦਿਖਾਏਗਾ ਤਾਂ ਹਰ ਬੱਚਾ ਜਿਹੜਾ ਹੈਗਾ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਬੈਠ ਕੇ ਚੰਗੀ ਤਰ੍ਹਾਂ ਪੜ੍ਹ ਸਕੇਗਾ। ਬੱਚੇ ਲਈ ਪ੍ਰੀ ਪ੍ਰਾਇਮਰੀ ਸਕੂਲ ਵਿੱਚ ਖੇਡਣਾ ਦਾ ਬਹੁਤ ਜ਼ਰੂਰੀ ਯੋਗਦਾਨ ਹੋਣਾ ਚਾਹੀਦਾ। ਦੇਖੋ ਕਹਿਣ ਦਾ ਮਤਲਬ ਕੀ ਹੈ, ਸਟਾਰਟਿੰਗ ਦੇ ਬੱਚੇ ਨੂੰ ਕੀ ਕਰਦੇ ਹਾਂ ਆਪਾਂ ਕਿ ਕੁਛ ਇੰਟਰਸਟਿੰਗ ਚੀਜ਼ਾਂ ਨਾਲ ਜਿਹੜਾ ਹੈਗਾ ਰੋਕ ਕੇ ਰੱਖਦੇ ਹਾਂ। ਨਹੀਂ ਤਾਂ ਇੱਦਾਂ ਜੇ ਕਲਾਸ ਦੇ ਵਿੱਚ ਬਿਠਾ ਤਾਂ ਤੁਸੀਂ ਕਹਿ ਤਾ ਵੀ ਲਿਖ ਦਿਓ ਵੀ ਉਡਾੜ, ਯਾਦ ਕਰ ਲਓ ਵੀ ABC, ਯਾਦ ਕਰ ਲਓ ਵੀ 1 ਤੋਂ ਲੈ ਕੇ 10 ਤੱਕ ਪਹਾੜੇ। ਨਹੀਂ ਵੀ ਇੱਦਾਂ ਨਹੀਂ ਕਰ ਸਕਦੇ ਬੱਚੇ, ਹੈ ਨਾ। ਤਾਂ ਬੱਚੇ ਨੂੰ ਸਟਾਰਟਿੰਗ ਦੇ ਵਿੱਚ ਪਹਿਲਾਂ ਕੀ ਹੈ ਉਹਦਾ ਇੰਟਰਸਟ ਬਣਾਉਣਾ ਪਊਗਾ। ਬੱਚੇ ਨੂੰ ਪਹਿਲਾਂ ਕੀ ਹੈ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਖੇਡਣਾ ਸਿਖਾਉਣਾ ਪਊਗਾ ਤਾਂ ਉਹਦਾ ਇੰਟਰਸਟ ਵਧੇ ਸਕੂਲ ਜਾਣ ਦਾ, ਬੈਠਣਾ ਲੱਗੇ। ਉਸ ਤੋਂ ਬਾਅਦ ਕੀ ਹੈ ਉਸ ਨੂੰ ਪੜ੍ਹਾਈ ਦੇ ਵਿੱਚ ਉਹਦਾ ਇੰਟਰਸਟ ਬਣਾਉਣਾ ਪਵੇਗਾ। ਅਤੇ ਇੱਦਾਂ ਹੌਲੀ ਹੌਲੀ ਸਿਸਟਮ ਨੂੰ ਜਿਹੜਾ ਹੈਗਾ ਬੱਚੇ ਨੂੰ ਜਿਹੜਾ ਹੈਗਾ ਹਰ ਰੋਜ਼ ਇੰਟਰਸਟ ਬਣ ਜਾਏਗਾ ਕਿ ਉਸ ਬੱਚਾ ਸਕੂਲ ਜਾਣਾ ਹੈਗਾ। ਤਾਂ ਇਸ ਦੁਆਰਾ ਟੀਚਿੰਗ ਏਡਸ ਨੂੰ ਯੂਜ ਕੀਤਾ ਗਿਆ। ਤਾਂ ਇਸ ਦੁਆਰਾ ਇਹ ਵੀ ਕਿਹਾ ਗਿਆ ਕਿ ਬੱਚੇ ਨੂੰ ਗਾਈਡ ਕਰੋ ਨਾ ਕਿ ਕੰਟਰੋਲ ਕਰੋ। ਕੰਟਰੋਲ ਕਰਨ ਨੂੰ ਕਿਹੜਾ ਭਾਈ ਉਹ ਟਰੈਕਟਰ ਹੈ, ਹੈ ਨਾ। ਤਾਂ ਬੱਚੇ ਨੂੰ ਕੀ ਕਰਨਾ ਚਾਹੀਦਾ, ਗਾਈਡ ਕਰਨਾ ਚਾਹੀਦਾ। ਤਾਂ ਬੱਚੇ ਨੂੰ ਗਾਈਡ ਕਰੋ ਨਾ ਕਿ ਬੱਚੇ ਨੂੰ ਕੰਟਰੋਲ ਕਰੋ। ਤਾਂ ਬੱਚੇ ਨੂੰ ਗਾਈਡ ਕਰੋ, ਚੰਗੀ ਉਸ ਨੂੰ ਸਿੱਖਿਆ ਦੇਵੋ, ਠੀਕ ਹੈ। ਕੰਟਰੋਲ ਨਹੀਂ ਕਰਨਾ ਭਾਈ ਸਾਰਿਆਂ ਨੇ, ਇੱਕ ਬੇਨਤੀ ਹੈ, ਬੱਚੇ ਨੂੰ ਕੰਟਰੋਲ ਨਾ ਕਰੇ ਕਦੇ। ਉਸ ਤੋਂ ਬਾਅਦ ਜਿਹੜਾ ਬੰਦਾ ਆਉਂਦਾ ਹੈਗਾ ਚੌਥਾ ਐਜੂਕੇਸ਼ਨ ਸਿਸਟਮ ਜਿਹੜਾ ਬੰਦਾ ਹੁੰਦਾ ਹੈ, ਫ੍ਰੈਂਡਿਚ ਵਿਲੀਅਮ ਜਿਹੜਾ ਹੈਗਾ ਗੋਸਟ ਫਰੋਬਲ, ਬੰਦੇ ਦਾ ਨਾਮ ਬਹੁਤ ਵਧੀਆ ਹੈ, ਬੰਦੇ ਦੇ ਕੰਮ ਵੀ ਬਹੁਤ ਵਧੀਆ ਨੇ, ਬੰਦੇ ਨੇ ਪੂਰੀ ABC ਆਪਣੇ ਨਾਮ ਦੇ ਵਿੱਚ ਪਾ ਦਿੱਤੀ ਹੈ। ਤਾਂ ਬੰਦੇ ਦਾ ਨਾਮ ਜਿਹੜਾ ਹੈਗਾ ਫਰੋਬਲ ਜ਼ਰੂਰ ਯਾਦ ਰੱਖਿਓ। ਬੰਦੇ ਦਾ ਨਾਮ ਕੀ ਸੀਗਾ ਫਰੋਬਲ ਤੋਂ ਜ਼ਰੂਰ ਯਾਦ ਰੱਖਿਓ, ਕਿਉਂਕਿ ਫਰੋਬਲ ਤੋਂ ਆਪਾਂ ਯਾਦ ਰੱਖ ਸਕਦੇ ਹਾਂ। ਤਾਂ ਫਰੋਬਲ ਤੋਂ ਆਪਾਂ ਯਾਦ ਰੱਖ ਸਕਦੇ ਹਾਂ, ਤਾਂ ਫਰੋਬਲ ਤੋਂ ਨਾਮ ਜ਼ਰੂਰ ਯਾਦ ਰੱਖਿਓ। ਤਾਂ ਇਸ ਦਾ ਜਨਮ ਜਿਹੜਾ ਹੈਗਾ 21 ਅਪ੍ਰੈਲ 1782 ਦੇ ਵਿੱਚ ਰਸ਼ੀਆ ਦੇ ਵਿੱਚ ਹੋਇਆ ਸੀ, ਜਰਮਨੀ ਦੇ ਵਿੱਚ, ਸੋਰੀ। ਤਾਂ ਇਹਦਾ ਜਨਮ ਜਿਹੜਾ ਹੈਗਾ ਰਸ਼ੀਆ ਦੇ ਵਿੱਚ ਹੋਇਆ ਸੀਗਾ, ਰਸ਼ੀਆ ਦੇ ਜਰਮਨੀ ਸ਼ਹਿਰ ਦੇ ਵਿੱਚ ਹੋਇਆ ਸੀ। ਇਸਦਾ ਜਨਮ 21 ਅਪ੍ਰੈਲ 1782 ਦੇ ਵਿੱਚ ਹੋਇਆ ਸੀ। 1805 ਈਸਵੀ ਦੇ ਵਿੱਚ ਜਿਹੜਾ ਹੈਗਾ ਫਰੈਂਕਫੋਰਟ ਜਰਮਨੀ ਦੇ ਵਿੱਚ ਚਲਾ ਗਿਆ ਉਹ ਬੰਦਾ। ਤਾਂ ਇਹ ਬੰਦਾ ਇੱਕ ਆਰਟੀਟੈਕਟ ਬਣਨਾ ਚਾਹੁੰਦਾ ਸੀ। ਕੀ ਬਣਨਾ ਚਾਹੁੰਦਾ ਸੀ? ਆਰਟੀਟੈਕਟ ਬਣਨਾ ਚਾਹੁੰਦਾ ਸੀ, ਪਰ ਬਣ ਅਧਿਆਪਕ ਗਿਆ, ਹੈ ਨਾ। ਪਤਾ ਨਹੀਂ ਕਿਹੜੇ ਜ਼ਿੰਦਗੀ ਦੇ ਵਿੱਚ ਬੰਦੇ ਦੀ ਕੀ ਲਿਖਿਆ ਹੁੰਦਾ, ਬਣਨਾ ਕੁਛ ਹੋਰ ਹੁੰਦਾ, ਬਣ ਕੁਛ ਹੋਰ ਜਾਂਦਾ, ਹੈ ਨਾ। ਤਾਂ ਇਹ ਬੰਦਾ ਕੀ ਬਣਨਾ ਚਾਹੁੰਦਾ ਸੀ? ਆਰਟੀਟੈਕਟ ਬਣਨਾ ਚਾਹੁੰਦਾ ਸੀ, ਪਰ ਅਧਿਆਪਕ ਬਣ ਗਿਆ। 1808 ਈਸਵੀ ਦੇ ਵਿੱਚ ਫਰੋਬਲ ਨੇ ਸਵਿਟਜ਼ਰਲੈਂਡ ਚਲਾ ਗਿਆ ਅਤੇ ਉੱਥੇ ਇੱਕ ਇੰਸਟੀਟਿਊਟ ਦੇ ਵਿੱਚ ਪੜ੍ਹਾਉਣ ਲੱਗ ਗਿਆ, ਹੈ ਨਾ। ਮੈਂ ਇੰਸਟੀਟਿਊਟ ਦਾ ਵੀ ਨਾਂ ਲਿਖਤਾ, ਕਈ ਵਾਰੀ ਮਾੜੇ ਦਿਨ ਹੁੰਦੇ ਆ ਕਿ ਇੰਸਟੀਟਿਊਟ ਦਾ ਨਾਂ ਵੀ ਪੁੱਛ ਲੈਂਦੇ ਆ, ਹੈ ਨਾ। ਤਾਂ ਮੈਂ ਇੰਸਟੀਟਿਊਟ ਦਾ ਨਾਂ ਵੀ ਜ਼ਰੂਰ ਯਾਦ ਰੱਖਿਆ, ਜੌਨ ਪੈਥੋਲੋਜਿਕ ਜਿਹੜਾ ਇੰਸਟੀਟਿਊਟ ਸੀਗਾ ਉੱਥੇ ਜਿਹੜਾ ਹੈਗਾ ਇਹ ਟੀਚ ਕਰਨ ਲੱਗ ਗਿਆ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ ਭਾਈ, ਕਿਹੜਾ ਇੰਸਟੀਟਿਊਟ ਸੀ ਜਿੱਥੇ ਉਹ ਟੀਚ ਕਰਨ ਲੱਗਿਆ ਸੀ, ਤਾਂ ਜ਼ਰੂਰ ਦੱਸ ਦਿਓ ਕਿ ਭਾਈ ਇਹ ਇੰਸਟੀਟਿਊਟ ਸੀਗਾ, ਠੀਕ ਹੈ ਨਾ। ਤਾਂ ਇੰਸਟੀਟਿਊਟ ਦਾ ਨਾਮ ਵੀ ਜ਼ਰੂਰ ਯਾਦ ਰੱਖਿਓ। ਤਾਂ ਉਸ ਤੋਂ ਬਾਅਦ ਸੀਗਾ ਅਤੇ 1816 ਈਸਵੀ ਦੇ ਵਿੱਚ ਇਸ ਦੁਆਰਾ ਜੁਨਵਰ
गर्मन एजुकेशन इंस्टीट्यूट इस बंदे ने खोल लिया तो उत्थे पढ़ाउन लग गया। तो इस द्वारा जिहड़ा हैगा मेंटल एंड फिजिकल उपर सब तो ज़्यादा की दिता गया, जोर दिता गया। तो इस फरोबल दीआं पंज किताबां ने, सॉरी फरोबल दीआं की ने, पंज किताबां ने। पंज किताबां बारे आपां देख लैने, चार पंज किताबां इस बंदे दीआं हैगीआं ने। सब तो पहली है जी, सब तो पहले जिहड़ी हैगी एजुकेशन ऑफ मैनर, एजुकेशन ऑफ मैन 1826 ईस्वी के आई सी। सैकंड जी है पैडागॉगिक्स ऑफ द किंडरगार्डन, किंडरगार्डन भी दसूँगा भी की होंगे, किंडरगार्डन का मतलब की होंगे, ठीक है। थर्ड जी है एजुकेशन बाय डिवेलपमेंट, फोर्थ जी है मदर प्ले एंड नर्सरी सोंग, मदर प्ले एंड नर्सरी सोंग। ये जड़िया बंदे दी चार किताबा रही सीगियां। तो इस चीज़ों को भी जरूर याद रखियो कि किताबा से अपने वास्ते जरूरी हो जाए ने। उस तो बाद की है कि फरोबल द्वारा यह भी कहा गया कि बच्चे की विकास जोड़ा है इनर फोर्स अंदरूनी ऊर्जा नाल हो सकता है। बच्चे का जोड़ा विकास है वो जोड़ा है अंदरूनी ऊर्जा नाल जोड़ा है हो सकता है। फरोबल द्वारा यह भी कहा गया कि बच्चे जोड़ा है इनसेंशियल फैक्टर खेडन नाल बच्चे का विकास बहुत ज़्यादा होंगे। बच्चा फिजिकल मूवमेंट करता है, बच्चा खेडों के बहुत इंट्रस्ट रखता, वो नाल भी बच्चे का जोड़ा है विकास बहुत ज़्यादा होंगे। एजुकेशन एक बच्चे दे नेचर उत्ते निर्भर करती है, एजुकेशन की करती है बच्चे दे नेचर के उपर निर्भर करती है। कंसैप्ट ऑफ किंडरगार्डन वेरी वेरी इंपोर्टेंट बनेगा। किंडरगार्डन का कंसैप्ट कौन लेके आया सीगा, तब तुम दसोंगे फरोबल लेके आया सी। कौन लेके आया सीगा, फरोबल लेके आया सी। फरोबल बहुत मशहूर बंदा रहा है, तो फरोबल ने लेके आया सीगा की दा कंसैप्ट भाई किंडरगार्डन का कंसैप्ट। किंडरगार्डन जनवरी के अंदर इस बंदे द्वारा की सीगा कि एक बच्चे का बगीचा, तुहानू पुछ सकदे आ कि किंडरगार्डन का मतलब दसो जी की है, तो तुसी दसोगे बच्चों का बच्चे का बगीचा किंडरगार्डन का मतलब है, बच्चे का बगीचा भी कहा जाता है इसनों। तो फस्ट किंडरगार्डन वेरी वेरी इंपोर्टेंट बनेगा कि फस्ट किंडरगार्डन कित्थे जिहड़ा हैगा शुरुआत की गई सी। तो फस्ट किंडरगार्डन जिहड़ा हैगा 1837 ईस्वी के खोलिया सी, 4 to 6 साल के बच्चे इस दे विच लए गए सीगे, ठीक है ना। बेलजियम के विच इसनों खोलिया गया सी, तो इसनों जरूर याद रखियो। ब्लैंक बेरी जिहड़े हैगे उसदे खोलिया गया सीगा इस द्वारा, ते 1837 खोलिया गया सी, 4 to 6 साल का बच्चे नू इस विच रख्या गया सीगा, जो कि बेलजियम दे विच सब तो पहला किंडरगार्डन जिहड़ा हैगा शुरुआत की गई सीगी। किंडरगार्डन विच जो अध्यापक एक्टिव जिहड़े हैगे होने चाहिए, अध्यापक जिहड़े हैगे पूरे एक्टिव होने चाहिए तां जो बच्चे नू हर एक चीज़ नू समझ सकन। गिफ्ट जेकर बच्चा वधिया, अच्छा गिफ्ट की शुरुआत भी फरोबल ने की सी, गिफ्ट देना है ना। तो बच्चा जेकर वधिया पढ़ता है, वधिया एक्टिविटी करता तो हर एक चीज़ के फस्ट आता, तो उस बच्चे की दिता जाऊगा गिफ्ट दिता जाऊगा। तो यह भी शुरुआत जी हैगी है वह कि द्वारा की गई सी, तो यदि शुरुआत भी जी हैगी है जी वह फरोबल द्वारा की गई सी। फिफ्थ का जोड़ा क्वेश्चन है, फिफ्थ जोड़ा बंदा है बहुत ही मशहूर बंदा है, लेडीज़ है भाई, बंदा नहीं है, तो बहुत ही मशहूर है। तो उसने बहुत सारिया चीज़ा जगिया लेके आए थे। तो मारिया मोंटेसरी जी है एजुकेशन सिस्टम रही है, वो बारे भी आप गल कर लें। इसका जन्म जोड़ा है 31/8/1870 ईस्वी के होया, जरूर याद रखियो कितने होया भाई, इटली के होया। इसका जन्म जोड़ा है 31 अगस्त 1870 ईस्वी के जन्म हों। इसकी मौत जी है 6/5/1952 ईस्वी के हो जाती है। इसकी मौत कदों होंगी है, 6/5/1952 के हो जाती है नीदरलैंड, जरूर याद रखो, पूछ सकते हैं जी, क्योंकि बहुत चीज़ा इस लड़की ने भाई एजुकेशन के दिखाई सगिया। इस को जोड़ा है मैडिकल की डिग्री सी, की मैडिकल की, देखो पहला आर्टीटैक्ट बनना चाहता सी, हूँ मैडिकल डिग्री पर आ गए है ना। तो बंदे की जिंदगी है पता नहीं कितों की कितने लै जाए। तब हुण की है, ये मेडिकल डिग्री जिहड़ी इहदे कोल सीगी, पर ये एजुकेशन बनी किवें आए वह भी देखांगे। पर मारिया ने मेंटली रिटायर्ड बच्चे, वेरी देखो बहुत जरूरी है कि मारिया जिहड़ी सीगी, तो मारिया ने की किया कि मेंटली रिटायर्ड जो बच्चे दिमागी तौर पर सही नहीं होंदे उन्हां बच्चों नूं पढ़ाउणा सही समझिया, उन्हां बच्चों नूं इस लड़की ने की किया अलग स्कूल उन्हां वास्ते बनाए। तो इस द्वारा दिमागी तौर पर जो बच्चे सही नहीं होंगे उन्होंने मारिया द्वारा टीचिंग मटीरियल
ਜਿਹੜਾ ਹੈਗਾ ਮੈਥਡ ਜਿਹੜੇ ਹੈਗੇ ਆ ਲੱਭਿਆ, ਅਲੱਗ ਟੀਚਰ ਮਟੀਰੀਅਲ ਅਤੇ ਮੈਥਡ ਜਿਹੜਾ ਹੈਗਾ ਲੱਭਿਆ ਉਹਨਾਂ ਨੂੰ ਪੜ੍ਹਾਉਣ ਦੇ ਲਈ। ਤਾਂ ਦਿਮਾਗੀ ਬੱਚਿਆਂ ਤੋਂ ਬਾਅਦ ਮਾਰੀਆਂ ਨੇ ਨੋਰਮਲ ਬੱਚਿਆਂ ਨੂੰ ਵੀ ਜਿਹੜਾ ਹੈਗਾ ਮਟੀਰੀਅਲ ਮੈਥਡ ਜਿਹੜਾ ਹੈਗਾ ਪ੍ਰੋਵਾਈਡ ਕੀਤਾ ਜਾਂ ਲੱਭਿਆ। ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ, ਹੈ ਨਾ। ਤਾਂ ਬਹੁਤ ਜ਼ਰੂਰੀ ਆਪਣੇ ਵਾਸਤੇ ਬਣਦਾ ਕਿ ਮੈਂਟਲੀ ਰਿਟਾਇਰਡ ਬੱਚਿਆਂ ਵਾਸਤੇ ਕਿਸ ਬੰਦੇ ਦੁਆਰਾ ਮੈਥਡ ਲੱਭਿਆ ਗਿਆ ਸੀ ਜਾਂ ਕਿਸ ਐਜੂਕੇਸ਼ਨ ਸਿਸਟਮ ਦੁਆਰਾ ਮੈਥਡ ਲੱਭਿਆ ਗਿਆ ਸੀ, ਇੰਪੋਰਟੈਂਟ ਬਣੇਗਾ। ਕਿਤਾਬਾਂ ਕਿਹੜੀਆਂ ਕਿਹੜੀਆਂ ਨੇ, ਕਾਫੀ ਸਾਰੀਆਂ ਕਿਤਾਬਾਂ ਨੇ ਜੀ ਇਹਦੀਆਂ, ਠੀਕ ਹੈ ਨਾ। ਸਾਰੀਆਂ ਕਿਤਾਬਾਂ ਜ਼ਰੂਰ ਯਾਦ ਰੱਖਿਓ, ਇੰਪੋਰਟੈਂਟ ਸਾਰੀਆਂ ਕਿਤਾਬਾਂ ਨੇ। ਮਾਰੀਆ ਮੰਟੈਸਰੀ ਦਾ ਬਹੁਤ ਯੋਗਦਾਨ ਹੈ ਐਜੂਕੇਸ਼ਨ ਦੇ ਵਿੱਚ, ਤਾਂ ਸਾਰੇ ਜ਼ਰੂਰ ਯਾਦ ਰੱਖਿਓ। ਟੋਟਲ 8 ਆਪਾਂ ਐਜੂਕੇਸ਼ਨ ਸਿਸਟਮਸ ਕਰਾਂਗੇ। ਤਾਂ ਸਭ ਤੋਂ ਪਹਿਲੀ ਸੀਗੀ ਡਿਸਕਵਰੀ ਆਫ ਦ ਚਾਈਲਡ, ਐਜੂਕੇਸ਼ਨ ਫੋਰ ਨਿਊ ਵਰਲਡ। ਸੈਕਿੰਡ ਜਿਹੜੀ ਹੈਗੀ ਹੈ ਮੈਂ ਲਿਖ ਦਿੰਦਾ ਜੀ ਇੱਥੇ, ਇਹ ਫਸਟ ਸੀ, ਇਹ ਸੈਕਿੰਡ ਸੀ, ਇਹ ਸੈਕਿੰਡ, ਇਹ ਥਰਡ, ਥਰਡ, ਫੋਰਥ, ਫਿਫਥ, ਸਿਕਸ, ਸੈਵਨ, ਏਟ, ਠੀਕ ਹੈ ਨਾ। 8 ਕਿਤਾਬਾਂ ਜਿਹੜੀਆਂ ਮਾਰੀਆਂ ਨੇ ਲਿਖੀਆਂ, ਐਜੂਕੇਸ਼ਨ ਆਫ ਨਿਊ ਵਰਲਡ। ਥਰਡ ਸੀਗੀ ਦਾ ਐਜੂਕੇਸ਼ਨ ਆਫ ਦੀ ਹਿਊਮਨ ਰਿਟਰਨਸ। ਫੋਰਥ ਜਿਹੜੀ ਹੈਗੀ ਸੀ ਦਾ ਸੈਕਟਸ ਆਫ ਚਾਈਲਡਹੁੱਡ। ਫਿਫਥ ਜਿਹੜੀ ਹੈਗੀ ਸੀ ਦਾ ਚਾਈਲਡ ਕੇਅਰ ਐਂਡ ਐਜੂਕੇਸ਼ਨ, ਦਾ ਚਾਈਲਡ ਕੇਅਰ ਐਂਡ ਐਜੂਕੇਸ਼ਨ। ਸਿਕਸ ਜਿਹੜੀ ਹੈਗੀ ਰੀਕਨਸਟਰਕਸ਼ਨ ਇਨ ਐਜੂਕੇਸ਼ਨ। ਸੈਵਨਥ ਜਿਹੜੀ ਹੈਗੀ ਚਾਈਲਡ ਟ੍ਰੇਨਿੰਗ। ਏਟ ਜਿਹੜੀ ਹੈਗੀ ਸੀ ਦਾ ਮੰਟੈਸਰੀ ਮੈਥਡ, ਜਾਂ ਦਾ ਮੰਟੈਸਰੀ ਮੈਥਡ ਜਿਹੜੀ 8 ਕਿਤਾਬ ਜਿਹੜੀ ਹੈਗੀ ਹੈ ਮਾਰੀਆ ਦੀ ਸੀ। ਤਾਂ 8 ਕਿਤਾਬਾਂ ਜਿਹੜੀਆਂ ਇਸ ਲੜਕੀ ਨੇ ਲਿਖੀਆਂ ਸੀ, ਤਾਂ ਇਸ ਚੀਜ਼ ਨੂੰ ਐਜੂਕੇਸ਼ਨ ਬੰਦੇ ਨੂੰ ਜ਼ਰੂਰ ਯਾਦ ਰੱਖਿਓ। ਐਜੂਕੇਸ਼ਨ ਫਿਲੋਸਫੀ, ਵਿਚਾਰਧਾਰਾ ਕੀ ਸੀ ਇਸ ਬੰਦੇ ਦੀ, ਇਸ ਐਜੂਕੇਸ਼ਨ ਸਿਸਟਮਸ ਦੀ, ਤਾਂ ਸਿੱਖਿਆ ਉੱਪਰ ਵਿਚਾਰਧਾਰਾ ਕੀ ਸੀ। ਮਾਰੀਆ ਜੀ ਜੋ ਫਰੋਬਲ ਦੀ ਤਰ੍ਹਾਂ, ਇਹ ਵੀ ਐਜੂਕੇਸ਼ਨ ਬੱਚੇ ਨੂੰ ਜਿਹੜੀ ਹੈਗੀ ਹੈ ਕੰਪਲੀਟ ਵਿਕਾਸ ਕਰਨ ਵਾਲੀ ਹੋਣੀ ਚਾਹੀਦੀ ਹੈ, ਉਹਦਾ ਵੀ ਇਹੀ ਸਿਧਾਂਤ ਸੀ ਕਿ ਸਰਬਪੱਖੀ ਬੱਚੇ ਦਾ ਵਿਕਾਸ ਹੋਵੇ, ਉੱਦਾਂ ਦੀ ਹੀ ਜਿਹੜਾ ਹੈਗਾ ਇਸ ਦਾ ਸਿਧਾਂਤ ਸੀ, ਸਰਬਪੱਖੀ ਵਿਕਾਸ, ਹੈ ਨਾ, ਹਿਊਮਨ ਡਿਵੈਲਪਮੈਂਟ, ਸਰਬਪੱਖੀ ਵਿਕਾਸ ਹੋਣਾ ਚਾਹੀਦਾ, ਇੱਦਾਂ ਦੀ ਹੀ ਭਾਈ ਇਹਦੀ ਜਿਹੜਾ ਹੈਗਾ ਸਿਧਾਂਤ ਸੀਗਾ। ਤਾਂ ਮਾਰੀਆ ਨੇ ਕੀ ਕੀਤਾ, ਮਟੀਰੀਅਲ ਐਂਡ ਜਿਹੜਾ ਹੈਗਾ ਰਿਵਰਟ, ਜਿਹੜਾ ਹੈਗਾ ਮਟੀਰੀਅਲ ਉੱਪਰ ਜ਼ੋਰ ਦਿੱਤਾ, ਠੀਕ ਹੈ, ਪਨਿਸ਼ਮੈਂਟ ਦੇ ਉੱਪਰ ਜ਼ੋਰ ਨਹੀਂ ਦਿੱਤਾ। ਜੇਕਰ ਵਧੀਆ ਪੜ੍ਹੋਂਗੇ ਤਾਂ ਹੀ ਜਿਹੜਾ ਹੈਗਾ ਇਨਾਮ ਜਿੱਤੋਗੇ, ਕਹਿਣ ਦਾ ਮਤਲਬ ਰਿਵਰਟ ਮਤਲਬ ਕੀ ਹੁੰਦਾ, ਇਨਾਮ ਦੇਣਾ, ਹੈ ਨਾ। ਅਤੇ ਜੇਕਰ ਤੁਸੀਂ ਵਧੀਆ ਪੜ੍ਹੋਂਗੇ ਤਾਂ ਹੀ ਕੀ ਕਰੋਗੇ, ਇਨਾਮ ਜਿੱਤੋਗੇ। ਪਹਿਲਾਂ ਵੀ ਜਿਹੜਾ ਹੈਗਾ ਫਰੋਬਲ ਦੁਆਰਾ ਇਨਾਮ ਜਿਹੜਾ ਹੈਗਾ ਸ਼ੁਰੂਆਤ ਕੀਤੀ ਗਈ ਸੀ, ਤਾਂ ਪਨਿਸ਼ਮੈਂਟ ਦੀ ਸਜ਼ਾ ਦੇ ਇਹ ਵਿਰੋਧ ਦੇ ਵਿੱਚ ਸੀਗਾ। ਆਪਣੇ ਪਿੱਛੇ ਦਾ 15 ਸਾਲ ਦੀ ਗੱਲ ਕਰ ਲਓ, ਜੇ ਬੰਦੇ ਨੇ ਕੋਈ ਹੋਮਵਰਕ ਨਹੀਂ ਕੀਤਾ ਹੁੰਦਾ ਸੀਗਾ ਤਾਂ ਭਾਈ ਟੀਚਰ ਜਿਹੜੇ ਹੈਗੇ ਸੀ ਬਹੁਤ ਕੁੱਟਦੇ ਸੀ, ਹੈ ਨਾ, ਡੇਗ ਲੈਂਦੇ ਸੀਗੇ। ਤਾਂ ਉਹ ਚੀਜ਼ਾਂ ਦੇ ਖਿਲਾਫ ਸੀਗੀ ਮਾਰੀਆ, ਹੈ ਨਾ। ਤਾਂ ਇਸ ਚੀਜ਼ ਨੂੰ ਹੁਣ ਤਾਂ ਇੱਦਾਂ ਦਾ ਹੈ ਨਹੀਂ ਕੋਈ, ਹੈ ਨਾ, ਸਿਸਟਮ ਹੀ ਨਹੀਂ ਹੈਗਾ। ਕੋਈ ਟੀਚਰ ਜੇ ਕੋਈ ਬੱਚੇ ਦੇ ਹੱਥ ਵੀ ਲਾਉਂਦਾ ਤਾਂ ਦੂਜੇ ਦਿਨ ਆਪਣੇ ਜਿਹੜੇ ਹੈਗੇ ਟੀਚਰ ਨੂੰ ਆ ਕੇ ਫੜ ਲੈਂਦੇ ਵੀ ਆ ਜਾ, ਹੈ ਨਾ, ਜਵਾਕ ਨੂੰ ਕੁੱਟਿਆ। ਤਾਂ ਮਾਰੀਆ ਦੁਆਰਾ ਇਹ ਵੀ ਕਿਹਾ ਗਿਆ ਕਿ ਹਰ ਬੱਚੇ ਦੀ ਸਿੱਖਣ ਦੇ ਦਰ ਅਲੱਗ ਅਲੱਗ ਹੁੰਦੀ ਹੈ, ਹਰੇਕ ਬੱਚੇ ਦੀ ਜਿਹੜੀ ਸਿੱਖਣ ਦੀ ਕੁਆਲਿਟੀ ਹੁੰਦੀ ਹੈ, ਸਿੱਖਣ ਦੀ ਸ਼ਮਤਾ ਹੁੰਦੀ ਹੈ, ਉਹ ਵੀ ਕੀ ਹੁੰਦੀ ਹੈ ਜੀ, ਅਲੱਗ ਅਲੱਗ ਹੁੰਦੀ ਹੈ। ਇਹ ਵੀ ਗੱਲ ਕਿਹਨੇ ਕਹੀ ਸੀਗੀ, ਮਾਰੀਆ ਨੇ ਕਹੀ ਸੀਗੀ, ਹੈ ਨਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਇਸ ਦੁਆਰਾ ਇਹ ਵੀ ਕਿਹਾ ਗਿਆ ਕਿ ਇੰਡੀਵਿਜੁਅਲ ਟੀਚਿੰਗ, ਇੱਕ ਬੱਚੇ ਨੂੰ ਇੱਕ ਅਧਿਆਪਕ ਹੀ ਪੜ੍ਹਾਵੇ, ਇਹ ਨਹੀਂ ਹੈਗਾ ਵੀ ਅਲੱਗ ਅਲੱਗ ਅਧਿਆਪਕ ਹੋਣੇ ਚਾਹੀਦੇ। ਛੋਟੇ ਪ੍ਰੀ ਪ੍ਰਾਇਮਰੀ ਬੱਚਿਆਂ ਦੀ ਗੱਲ ਕਰ ਰਹੇ ਹਾਂ, ਤਾਂ ਇੱਕ ਬੱਚਾ ਹੀ ਇੱਕ ਟੀਚਰ ਹੀ ਬੱਚਿਆਂ ਨੂੰ, ਸਾਰੇ ਬੱਚਿਆਂ ਨੂੰ ਪੜ੍ਹਾਵੇ, ਇੱਕ ਹੀ ਟੀਚਰ ਹੋਣਾ ਚਾਹੀਦਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਮਾਰੀਆ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਦਾ ਫੋਕਸ ਜਿਹੜਾ ਹੈਗਾ ਟੀਚਿੰਗ ਉੱਪਰ ਨਹੀਂ ਲਰਨਿੰਗ ਉੱਪਰ ਜਿਹੜਾ ਹੈਗਾ ਹੋਣਾ ਚਾਹੀਦਾ। ਤਾਂ ਲਰਨਿੰਗ ਉੱਪਰ ਜਿਹੜਾ ਹੈਗਾ ਜ਼ੋਰ ਜ਼ਿਆਦਾ ਦਬਾਇਆ ਸੀ ਮਾਰੀਆ ਨੇ। ਇਸ ਨੇ ਇਹ ਵੀ ਕਿਹਾ ਗਿਆ ਕਿ ਆਤਮ ਗਿਆਨ, ਆਪਣੇ ਆਪ ਨੂੰ ਸਿੱਖਣਾ ਸਭ ਤੋਂ ਵੱਡੀ ਜਿਹੜੀ ਲਰਨਿੰਗ ਹੁੰਦੀ ਹੈ। ਤਾਂ ਇਸ ਨੇ ਇਹ ਗੱਲ ਕਹੀ ਸੀ, ਪਹਿਲਾਂ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਆਓ, ਫਿਰ ਹੀ ਤੁਸੀਂ ਕਿਸੇ ਨੂੰ ਪੜ੍ਹਾ ਸਕਦੇ ਹੋ, ਠੀਕ ਹੈ ਨਾ। ਤਾਂ ਇਸ ਨੇ ਆਪਣੇ ਆਪ ਦੇ ਉੱਪਰ ਜਿਹੜਾ ਹੈਗਾ ਸਿੱਖਣ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਸੀ, ਤਾਂ ਇਹ ਜ਼ਰੂਰ ਯਾਦ ਰੱਖਿਓ। ਤਾਂ ਹਰ ਇੱਕ ਬੱਚੇ ਦਾ ਜਿਹੜਾ ਹੈਗਾ ਪਹਿਲੇ 6 ਸਾਲ ਬਹੁਤ ਜ਼ਰੂਰੀ ਹੁੰਦੇ ਨੇ ਬੱਚੇ ਦੀ ਜ਼ਿੰਦਗੀ ਦੇ, ਬੱਚੇ ਨੂੰ ਪੜ੍ਹਾਉਣ ਦੇ ਪਹਿਲੇ 6 ਸਾਲ ਜਿਹੜੇ ਹੈਗੇ ਜ਼ਰੂਰੀ ਹੁੰਦੇ ਨੇ। ਇਹ ਵੀ ਮਾਰੀਆ ਨੇ ਕਿਹਾ ਸੀਗਾ, ਹਰ ਇੱਕ ਬੱਚੇ ਦੀ ਸੈਂਸਿਸ ਅਤੇ ਗੇਟਵੇ ਆਫ ਦੀ ਨੌਲੇਜ, ਗਿਆਨ ਦਾ ਦਰਵਾਜ਼ਾ, ਸੈਂਸਿਸ ਐਂਡ ਗੇਟਵੇ ਆਫ ਦੀ ਨੌਲੇਜ ਕਿਹਾ ਸੀਗਾ। ਹਰੇਕ ਬੱਚੇ ਦਾ ਗਿਆਨ ਇੰਦਰੀਆਂ, ਜੋ ਕਿ ਬੱਚਾ ਸੈਂਸਿਸ ਕੀ ਹੁੰਦੇ ਨੇ, ਗਿਆਨ ਇੰਦਰੀਆਂ ਵਗੈਰਾ, ਹੈ ਨਾ, ਕੰਨ, ਅੱਖ, ਨੱਕ, ਮੂੰਹ ਵਗੈਰਾ, ਇਹ ਸਾਰੀਆਂ ਚੀਜ਼ਾਂ ਹੁੰਦੇ ਨੇ, ਗਿਆਨ ਦਾ ਦਰਵਾਜ਼ਾ ਕਿਹਾ ਸੀ ਇਸ ਬੰਦੇ ਨੇ। ਨੌਲ ਗੇਟਵੇ ਆਫ ਦੀ ਨੌਲੇਜ ਕਹਿੰਦਾ ਗਿਆਨ ਦਾ ਦਰਵਾਜ਼ਾ ਹੈਗਾ। ਸੈਂਸਿਸ ਕੀ ਨੇ, ਗੇਟਵੇ ਆਫ ਦੀ ਨੌਲੇਜ, ਇਹ ਯਾਦ ਰੱਖਿਓ। ਇੱਥੇ ਮੈਂ ਟਿੱਕ ਕਰਦਾ ਕਿ ਸੈਂਸਿਸ ਕੀ ਕਿਹਾ ਸੀਗਾ, ਤਾਂ ਸੈਂਸਿਸ ਕਿਹਾ ਸੀਗਾ ਗੇਟਵੇ
ਆਫ ਦੀ ਨੌਲੇਜ, ਗੇਟਵੇ ਆਫ ਦੀ ਨੌਲੇਜ। ਇਹ ਕਿਸਨੇ ਕਿਹਾ ਸੀਗਾ? ਮਾਰੀਆ ਨੇ ਕਿਹਾ ਸੀਗਾ ਭਾਈ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਮਾਰੀਆ ਦੁਆਰਾ ਮੋਟਰ ਸਾਈਕਲ ਹੱਥਾਂ ਪੈਰਾਂ ਮਾਰਨਾ ਫਿਜ਼ੀਕਲ ਡਿਵੈਲਪਮੈਂਟ ਵਿਕਾਸ ਬਹੁਤ ਜ਼ਰੂਰ ਕਰਦੀਆਂ ਨੇ, ਇਸ ਦੇ ਉੱਪਰ ਜ਼ੋਰ ਦਿੱਤਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਕਨਸੈਪਟ ਆਫ ਚਿਲਡਰਨ ਹਾਊਸ ਇਨ ਜਿਹੜਾ ਹੈਗਾ, ਇਹ ਨਾਮ ਜਿਹੜਾ ਹੈਗਾ ਮਾਰੀਆ ਦੁਆਰਾ ਦਿੱਤਾ ਗਿਆ ਸੀਗਾ, ਕਨਸੈਪਟ ਆਫ ਚਿਲਡਰਨ ਹਾਊਸ। ਠੀਕ ਹੈ, ਇਹ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਬੱਚਿਆਂ ਦਾ ਘਰ ਇੱਕ ਇੱਦਾਂ ਦਾ ਸਕੂਲ ਹੋਵੇ ਜਿਸ ਵਿੱਚ ਬੱਚੇ ਹਰ ਰੋਜ਼ ਜਿਹੜਾ ਹੈਗਾ ਹਰ ਹਿੱਸੇ ਵਿੱਚ ਜਿਹੜਾ ਹੈਗਾ ਡਿਵੈਲਪਮੈਂਟ ਵਿਕਾਸ ਹੋ ਸਕੇ। ਜੇਕਰ ਬੱਚੇ ਦੇ ਅੰਦਰ ਕਮਰੇ ਦੇ ਵਿੱਚ ਚਲੇ ਜਾਓ ਤਾਂ ਉੱਥੇ ਵੀ ਇੱਦਾਂ ਦਾ ਬੱਚੇ ਨੂੰ ਸਿੱਖਣ ਨੂੰ ਕੁਛ ਮਿਲਣਾ ਚਾਹੀਦਾ, ਹਰ ਇੱਕ ਚੀਜ਼ ਦਾ ਵਿਕਾਸ ਹੋ ਸਕੇ, ਇੱਦਾਂ ਦਾ ਘਰ ਜਿਹੜਾ ਹੈਗਾ ਹੋਣਾ ਚਾਹੀਦਾ। ਇੱਕ ਇੱਦਾਂ ਦਾ ਘਰ ਹੋਵੇਗਾ ਜਿਸ ਵਿੱਚ ਮਾਰੀਆਂ ਨੇ ਬੱਚੇ ਦੇ ਪੜ੍ਹਾਉਣ ਦੇ ਲਈ ਆਪਣਾ ਖੁਦ ਨੂੰ ਜਿਹੜਾ ਹੈਗਾ ਔਨ ਮਟੀਰੀਅਲ ਜਿਹੜਾ ਹੈਗਾ ਤਿਆਰ ਕੀਤਾ ਹੋਇਆ ਸੀਗਾ। ਠੀਕ ਹੈ ਨਾ, ਤਾਂ ਬੱਚੇ ਦੀਆਂ ਜਿਹੜੀਆਂ ਜਿਵੇਂ ਸੈਂਸਿਸ ਹੋ ਗਿਆ, ਪ੍ਰੈਕਟੀਕਲ ਸਕਿੱਲਸ ਹੋ ਗਏ, ਡਿਵੈਲਪਮੈਂਟ ਹੋ ਗਿਆ, ਹਰੇਕ ਚੀਜ਼ਾਂ ਗਿਆਨ ਇੰਦਰੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ। ਬੱਚੇ ਦੇ ਰੂਮ ਦੇ ਵਿੱਚ ਚਲੇ ਜਾਓ ਤਾਂ ਬੱਚੇ ਦੇ ਰੂਮ ਦੇ ਵਿੱਚ ਜਿਹੜਾ ਹੈਗਾ ਇੱਦਾਂ ਦੀਆਂ ਪਿਕਚਰਾਂ ਵਗੈਰਾ ਜਾਂ ਇੱਦਾਂ ਦੇ ਜਿਹੜੇ ਹੈਗੇ ਆ ਕੁਛ ਸੀਨਰੀਜ਼ ਵਗੈਰਾ ਲੱਗੀਆਂ ਹੋਣੀਆਂ ਚਾਹੀਦੀਆਂ, ਤਾਂ ਜੋ ਬੱਚਾ ਉਹਨਾਂ ਚੀਜ਼ਾਂ ਦੇ ਵਿੱਚੋਂ ਹਰ ਇੱਕ ਚੀਜ਼ ਨੂੰ ਸਿੱਖ ਸਕੇ। ਤਾਂ ਮਾਰੀਆਂ ਨੇ ਆਪਣੇ ਮਟੀਰੀਅਲ ਨੂੰ ਈਜ਼ੀ ਟੂ ਡਿਫੀਕਲਟ ਤਿਆਰ ਕੀਤਾ। ਠੀਕ ਹੈ ਨਾ, ਈਜ਼ੀ ਟੂ ਡਿਫੀਕਲਟ ਜਿਹੜਾ ਹੈਗਾ ਤਿਆਰ ਕੀਤਾ। ਇਸ ਦੁਆਰਾ ਇਹ ਵੀ ਕਿਹਾ ਗਿਆ ਕਿ ਇੱਕ ਵੱਡਾ ਖੋਜਧਾਰੀ ਹੋਣਾ ਚਾਹੀਦਾ, ਇੱਕ ਬੱਚਾ ਕੀ ਹੋਣਾ ਚਾਹੀਦਾ, ਇੱਕ ਬਹੁਤ ਵੱਡਾ ਇੱਕ ਖੋਜਧਾਰੀ ਹੋਣਾ ਚਾਹੀਦਾ। ਖੋਜਾਂ ਕਰਨ ਵਾਸਤੇ ਬੱਚੇ ਨੂੰ ਹਰ ਇੱਕ ਚੀਜ਼ ਨੂੰ ਸਿਖਾਉਣਾ ਚਾਹੀਦਾ। ਤਾਂ ਇਸ ਦੁਆਰਾ ਇਹ ਵੀ ਕਿਹਾ ਗਿਆ ਕਿ ਬੱਚੇ ਨੂੰ ਸੋਸ਼ਲ ਵੈਲਿਊ ਦਿੱਤੀ ਜਾਵੇ ਜਿਸ ਵਿੱਚ ਇਕੱਠੇ ਖਾਣਾ ਪੈਣਾ ਹੈ ਨਾ, ਇਕੱਠੇ ਖਾਣਾ ਖਾਓ, ਇਕੱਠੇ ਬੈਠੋ, ਇਕੱਠੇ ਡਿਸਕਸ਼ਨ ਕਰੋ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚੇ ਨੂੰ ਸਿਖਾਉਣੀਆਂ ਚਾਹੀਦੀਆਂ ਨੇ। ਚੰਗੀ ਬੱਚੇ ਚੰਗੀ ਤਰ੍ਹਾਂ ਰੀਡ ਰਾਈਟ ਕਰ ਸਕਣ, ਇਹ ਵੀ ਚੀਜ਼ ਜਿਹੜੀ ਹੈਗੀ ਆ ਮਾਰੀਆਂ ਨੇ ਦੱਸੀ ਸੀ। ਅਧਿਆਪਕ ਦਾ ਕੰਮ ਟੀਚ ਕਰਨਾ ਹੁੰਦਾ, ਸਗੋਂ ਦਿਸ਼ਾ ਦਿਖਾਉਣਾ ਹੁੰਦਾ ਗਾ। ਮਾਰੀਆ ਦੁਆਰਾ ਇਹ ਸ਼ਬਦ ਕਹੇ ਗਏ ਸੀਗੇ ਕਿ ਅਧਿਆਪਕ ਦਾ ਟੀਚ ਕਰੇ ਅਤੇ ਦਿਸ਼ਾ ਦਿਖਾਵੇ, ਅਤੇ ਇਹ ਚੀਜ਼ ਜਿਹੜੀ ਹੈਗੀ ਆ ਮਾਰੀਆ ਦੁਆਰਾ ਕਹੀ ਗਈ ਸੀਗੀ। ਇੱਕ ਅਧਿਆਪਕ ਮਾਲੀ ਦੀ ਤਰ੍ਹਾਂ ਹੁੰਦਾ ਗਾ ਸਕੂਲ ਦੇ ਵਿੱਚ ਕੰਮ ਕਰੇ। ਠੀਕ ਹੈ ਨਾ, ਅਧਿਆਪਕ ਕਿਹਦੀ ਤਰ੍ਹਾਂ ਹੁੰਦਾ ਗਾ? ਮਾਲੀ ਦੀ ਤਰ੍ਹਾਂ ਹੁੰਦਾ ਜੋ ਕਿ ਇੱਕ ਸਕੂਲ ਦੇ ਵਿੱਚ ਕੰਮ ਕਰੇ। ਇਹ ਵੀ ਗੱਲਾਂ ਮਾਰੀਆਂ ਨੇ ਕਹੀਆਂ ਸੀ। ਮਾਰੀਆ ਦੁਆਰਾ ਇਹ ਵੀ ਕਿਹਾ ਗਿਆ ਕਿ ਇੱਕ ਅਧਿਆਪਕ ਬੱਚਾ ਡਾਕਟਰ ਵੀ ਹੋਣਾ ਚਾਹੀਦਾ ਗਾ। ਇੱਕ ਅਧਿਆਪਕ ਕੀ ਹੋਣਾ ਚਾਹੀਦਾ? ਇੱਕ ਡਾਕਟਰ ਵੀ ਹੋਣਾ ਚਾਹੀਦਾ, ਡਾਕਟਰ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ, ਕਈ ਵਾਰੀ ਐਮਰਜੈਂਸੀ ਸਕੂਲ ਦੇ ਵਿੱਚ ਆ ਜਾਏ ਤਾਂ ਉਸ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਸਕੇ। ਅਗਲਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਰਵਿੰਦਰ ਨਾਥ ਟੈਗੋਰ, ਵੈਰੀ ਵੈਰੀ ਇੰਪੋਰਟੈਂਟ ਬਣੂਗਾ ਰਵਿੰਦਰ ਨਾਥ ਟੈਗੋਰ। ਠੀਕ ਹੈ, ਨਵਿੰਦਰ ਨਾਥ ਟੈਗੋਰ ਜਿਹੜਾ ਹੈਗਾ, ਟੈਗੋਰ ਨੂੰ ਗੁਰੂ ਜੀ ਵੀ ਕਿਹਾ, ਗੁਰੂਦੇਵ ਵੀ ਕਿਹਾ ਜਾਂਦਾ। ਠੀਕ ਹੈ ਨਾ, ਕੀ ਕਿਹਾ ਜਾਂਦਾ ਹੈਗਾ ਰਵਿੰਦਰ ਨਾਥ ਟੈਗੋਰ ਨੂੰ? ਮੈਂ ਲਿਖ ਦਿੰਦਾ ਗੁਰੂਦੇਵ ਵੀ ਕਿਹਾ ਜਾਂਦਾ ਹੈ ਰਵਿੰਦਰ ਨਾਥ ਟੈਗੋਰ ਨੂੰ, ਗੁਰੂਦੇਵ ਵੀ ਕਿਹਾ ਜਾਂਦਾ। ਮੈਂ ਕਹਿਣਾ ਵੀ ਬੰਦਾ ਮੈਂ ਇੱਥੇ ਟਿੱਕ ਕਰਦਾ ਜੀ 101% ਜਿਹੜਾ ਹੈਗਾ ਪੱਕਾ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ, ਅਤੇ ਇਸ ਨੂੰ ਜ਼ਰੂਰ ਯਾਦ ਰੱਖੋ। ਇਸ ਦਾ ਜਨਮ ਜਿਹੜਾ ਹੈਗਾ 7 ਮਈ 1861 ਈਸਵੀ ਦੇ ਵਿੱਚ ਹੋਇਆ ਸੀ। 7 ਅਗਸਤ 1941 ਨੂੰ ਇਸ ਬੰਦਾ ਜਿਹੜਾ ਹੈਗਾ ਡੈਥ ਹੋ ਜਾਂਦੀ ਹੈ ਇਸ ਬੰਦੇ ਦੀ। ਠੀਕ ਹੈ ਨਾ, 41 ਦੇ ਵਿੱਚ ਡੈਥ ਹੋ ਜਾਂਦੀ ਹੈ। ਤਾਂ ਇਸ ਦੁਬਾਰਾ ਨੋਬਲ ਪ੍ਰਾਈਜ਼ ਵੀ ਜਿੱਤਿਆ ਗਿਆ ਸੀ 1913 ਦੇ ਵਿੱਚ, ਇਸ ਬੰਦੇ ਨੂੰ ਜ਼ਰੂਰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਇਸ ਦੀ ਕਿਤਾਬ ਸੀਗੀ ਇੰਤਾਂਜਲੀ, ਇਸ ਦੇ ਵਾਸਤੇ ਜਿਹੜਾ ਹੈਗਾ ਨੋਬਲ ਪ੍ਰਾਈਜ਼ ਵੀ ਜਿੱਤਿਆ ਸੀਗਾ, ਜ਼ਰੂਰ ਯਾਦ ਰੱਖਿਓ। ਬੁੱਕਸ ਕਿਹੜੀਆਂ ਕਿਹੜੀਆਂ ਸੀਗੀਆਂ ਬੰਦੇ ਦੀਆਂ ਉਹ ਦੇਖ ਲੈਂਦੇ ਹਾਂ। ਸਿੱਖਿਆ ਸਮੱਸਿਆ ਦਾ ਜਿਹੜਾ ਹੈਗਾ ਦਾ ਪ੍ਰੋਪਰ, ਉਸ ਤੋਂ ਬਾਅਦ ਆਈ ਜਿਹੜਾ ਹੈਗਾ ਸ਼ਾਕਰ ਹੋਪਰਸ ਜਿਹੜਾ ਹੈਗਾ ਇਸ ਬੰਦੇ ਦੀ ਕਿਤਾਬ ਸੀਗੀ। ਤਾਂ ਟੈਗੋਰ ਜੀ ਨੇ ਆਪਣਾ ਪਹਿਲਾ ਸਕੂਲ ਜਿਹੜਾ ਹੈਗਾ ਬੰਗਾਲ ਦੇ ਵਿੱਚ ਬੋਲਪੁਰ ਜ਼ਿਲ੍ਹੇ ਦੇ ਵਿੱਚ ਖੋਲ੍ਹਿਆ ਸੀਗਾ। ਤਾਂ ਇਸ ਜ਼ਰੂਰ ਬੰਦੇ ਨੂੰ ਯਾਦ ਰੱਖਿਓ ਕਿ ਇਹਨਾਂ ਨੇ ਜਿਹੜਾ ਆਪਣਾ ਪਹਿਲਾ ਸਕੂਲ ਜਿਹੜਾ ਹੈਗਾ ਬੰਗਾਲ ਦੇ ਬੋਲਪੁਰ ਵਿੱਚ ਖੋਲ੍ਹਿਆ। ਉਸਦਾ ਨਾਮ ਜਿਹੜਾ ਹੈਗਾ ਸ਼ਾਂਤੀ ਨਿਕੇਸ਼ਨ ਜਿਹੜਾ ਹੈਗਾ, ਅਤੇ ਬਾਅਦ ਵਿੱਚ ਇਸ ਨੂੰ ਜਿਹੜਾ ਹੈਗਾ ਯੂਨੀਵਰਸਿਟੀ ਬਣਾ ਦਿੱਤਾ ਗਿਆ। ਠੀਕ ਹੈ ਨਾ, ਤਾਂ ਇਸ ਬੰਦੇ ਦਾ ਜਿਹੜਾ ਹੈਗਾ ਪਹਿਲਾ ਸਕੂਲ ਸੀਗਾ ਬੰਗਾਲ ਦੇ ਵਿੱਚ ਬੋਲਪੁਰ ਦੇ ਵਿੱਚ ਖੋਲ੍ਹਿਆ ਗਿਆ ਸੀ, ਅਤੇ ਪਹਿਲੇ ਸਕੂਲ ਦਾ ਨਾਮ ਸੀਗਾ ਸ਼ਾਂਤੀ ਨਿਕਨ। ਅਤੇ ਬਾਅਦ ਦੇ ਵਿੱਚ ਇਸ ਬੰਦੇ ਨੇ ਕੀ ਕੀਤਾ ਗਿਆ, ਉਸਨੂੰ ਯੂਨੀਵਰਸਿਟੀ ਬਣਾ ਦਿੱਤਾ ਗਿਆ, ਜਿਸ ਦਾ ਬਾਅਦ ਵਿੱਚ ਨਾਮ ਜਿਹੜਾ ਹੈਗਾ ਵਿਸ਼ਵਾਸ ਭਾਰਤੀ ਵਿਸ਼ਵਾ
भारती जिहड़ा हैगा विश्व भारती जिहड़ा हैगा रख्या गया तां 1901 दे विच इस स्कूल दा नाम विश्व भारती जिहड़ा हैगा रख्या गया सी। टैगोर ने टीचिंग नूं दे तीन भाग जिहड़े हैगे आ ਵਿੱਚ ਵੰਡ ਦਿੱਤਾ ਗਿਆ ਸੀ। ਟੈਗੋਰ ਨੇ ਕਿੰਨੇ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਟੀਚਿੰਗ ਨੂੰ? ਤਿੰਨ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ। ਪਹਿਲਾ ਕਿਹੜਾ ਗਾ? ਪਹਿਲਾ ਗਾ ਜੀ ਐਕਟੀਵਿਟੀ ਮੈਥਡ। ਪਹਿਲਾ ਕਿਹੜਾ ਗਾ? ਐਕਟੀਵਿਟੀ ਮੈਥਡ, ਲਰਨਿੰਗ ਬਾਏ ਦਾ ਡੂਇੰਗ, ਕਿਸੇ ਕੰਮ ਨੂੰ ਕਰਕੇ ਦੇਖਣਾ, ਕਿਸੇ ਕੰਮ ਨੂੰ ਕਰਕੇ ਦੇਖਣਾ। ਦੂਸਰਾ ਜਿਹੜਾ ਹੈਗਾ ਲਰਨਿੰਗ ਫਰੋਮ ਇਨਵਾਇਰਮੈਂਟ, ਲਰਨਿੰਗ ਫਰੋਮ ਇਨਵਾਇਰਮੈਂਟ, ਵਾਤਾਵਰਨ ਤੋਂ ਸਿੱਖਣਾ, ਵਾਤਾਵਰਨ ਤੋਂ ਸਿੱਖਣਾ। ਬੱਚੇ ਚੱਲਣਾ ਖੇਡਣਾ ਆਦਿ ਜਿਹੜਾ ਹੈਗਾ ਵਾਤਾਵਰਨ ਦੇ ਵਿੱਚੋਂ ਸਿੱਖਦੇ ਨੇ। ਥਰਡ ਕੀ ਹੈ? ਪ੍ਰੈਕਟਿਸ ਮੈਥਡ, ਠੀਕ ਹੈ ਨਾ। ਪ੍ਰੋਪਟਿਕ ਮੈਥਡ ਜਿਹੜਾ ਹੈਗਾ ਪ੍ਰੋਪਟਿਕ ਮੈਥਡ ਜਿਹੜਾ ਹੈਗਾ ਇਹ ਜਿਹੜਾ ਹੈਗਾ ਉੱਦਾਂ ਸਿੱਖਣਾ। ਦੋ ਲੈਕਚਰ ਬ੍ਰੇਕਫਾਸਟ ਹੋਣੀ ਚਾਹੀਦੀ ਹੈ, ਫਿਰ ਲੈਕਚਰ ਹੋਣਾ ਚਾਹੀਦਾ, ਬ੍ਰੇਕਫਾਸਟ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗਾ ਕਿ ਭਾਈ 9 ਵਜੇ ਬੱਚਾ ਆਉਂਦਾ ਤਾਂ 3 ਵਜੇ ਤੱਕ ਉਸ ਬੱਚੇ ਨੂੰ ਭਾਈ ਲਗਾਤਾਰ ਪੜ੍ਹਾਈ ਜਾਓ, ਨਹੀਂ ਹੁੰਦਾ। ਦੇਖੋ ਹਰੇਕ ਬੱਚੇ ਦੀ, ਹਰੇਕ ਬੰਦੇ ਦੀ 40 ਮਿੰਟਾਂ ਦੀ ਜਿਹੜੀ ਹੈਗੀ ਹੈ ਸ਼ਮਤਾ ਹੁੰਦੀ ਹੈ ਪੜ੍ਹਨ ਦੀ, 40 ਮਿੰਟਾਂ ਦੀ ਸ਼ਮਤਾ ਹੁੰਦੀ ਹੈ। ਜੇਕਰ 40 ਮਿੰਟ ਤੋਂ ਬੱਚਾ ਜ਼ਿਆਦਾ ਹੁੰਦਾ ਤਾਂ ਬੱਚੇ ਦੇ ਦਿਮਾਗ ਦੇ ਉੱਪਰ ਦੀ ਸਾਰੀਆਂ ਚੀਜ਼ਾਂ ਟੱਪਣ ਲੱਗ ਜਾਂਦੀਆਂ। ਹਰੇਕ ਇੱਕ ਲੈਕਚਰ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਲੈਕਚਰ ਨੂੰ ਜ਼ਰੂਰ ਸਮਝਿਓ। ਤਾਂ ਟੈਗੋਰ ਦੀ ਵਿਚਾਰਧਾਰਾ ਕੀ ਸੀਗੀ? ਟੈਗੋਰ ਦੀ ਵਿਚਾਰਧਾਰਾ ਕੀ ਸੀਗੀਆਂ? ਟੈਗੋਰ ਜ਼ਿਆਦਾ ਅਨੁਸ਼ਾਸਨ ਦੇ ਖਿਲਾਫ ਸੀਗਾ। ਟੈਗੋਰ ਕੀ ਸੀਗਾ? ਜ਼ਿਆਦਾ ਜਿਹੜੇ ਹੈਗੇ ਅਨੁਸ਼ਾਸਨ ਦੇ, ਸਖਤ ਅਨੁਸ਼ਾਸਨ ਦੇ ਖਿਲਾਫ ਸੀ। ਟੈਗੋਰ ਕਹਿੰਦਾ ਸੀ ਕਿ ਸਿੱਖਿਆ ਦਾ ਮਕਸਦ ਬੱਚੇ ਨੂੰ ਆਜ਼ਾਦ ਕਰਨਾ ਹੈ ਦਿਮਾਗ ਤੋਂ। ਬੱਚੇ ਨੂੰ ਕੀ ਕਰਨਾ ਗਾ? ਆਜ਼ਾਦ ਕਰਨਾ ਦਿਮਾਗ ਦੇ ਵਿੱਚੋਂ, ਦਿਮਾਗ ਤੋਂ। ਇਹ ਉਸਦਾ ਸਿੱਖਿਆ ਦਾ ਜਿਹੜਾ ਹੈਗਾ ਮੇਨ ਮਕਸਦ ਸੀਗਾ। ਟੈਗੋਰ ਨੇ ਕਿਹਾ ਕਿ ਅਧਿਆਪਕ ਅਤੇ ਇੱਕ ਸਟੂਡੈਂਟ ਦਾ ਰਿਸ਼ਤਾ ਬਹੁਤ ਹੀ ਵਧੀਆ ਅਤੇ ਮਹੱਤਵਪੂਰਨ ਹੁੰਦਾ ਸਿੱਖਣ ਅਤੇ ਸਿਖਾਉਣ ਦੇ ਲਈ। ਇਹ ਇੱਕ ਅਧਿਆਪਕ ਜਿਹੜਾ ਹੈਗਾ ਅਧਿਆਪਕ ਦਾ ਮੁੱਖ ਕਾਰਜ ਹੁੰਦਾ ਹੈ ਅਤੇ ਇੱਕ ਇੱਦਾਂ ਦਾ ਵਾਤਾਵਰਨ ਨੂੰ ਬਣਾਵੇ ਜਿਸ ਵਿੱਚ ਬੱਚੇ ਨੂੰ ਪੜ੍ਹਨਾ ਦਾ ਆਨੰਦ ਜਿਹੜਾ ਹੈਗਾ ਆ ਸਕੇ। ਟੈਗੋਰ ਦੁਆਰਾ ਜਿਹੜਾ ਹੈਗਾ ਪਾਠਸ਼ਾਲਾ ਜਿਹੜੀ ਹੈਗੀ ਆ ਸਟਾਰਟਿੰਗ ਦੁਆਰਾ ਕੀਤਾ ਗਿਆ। ਇਸ ਦੁਆਰਾ ਕਿਹਾ ਗਿਆ ਕਿ ਜੋ ਪਾਠਸ਼ਾਲਾ ਹੁੰਦੀ ਹੈ ਉਹ ਕਦੇ ਵੀ ਵਿਸ਼ੇ ਆਧਾਰਿਤ ਨਹੀਂ ਹੋਣੀ ਚਾਹੀਦੀ, ਉਹ ਬੱਚੇ ਦੇ ਆਧਾਰਿਤ ਹੋਣੀ ਚਾਹੀਦੀ ਹੈ। ਜੋ ਕਿ ਪਾਠਸ਼ਾਲਾ ਪਾਠਕ੍ਰਮ ਕਿੱਦਾਂ ਦਾ ਹੋਣਾ ਚਾਹੀਦਾ, ਬੱਚੇ ਦੇ ਹਿਸਾਬ ਨਾਲ, ਸਿਲੇਬਸ ਦੀ ਗੱਲ ਕਰ ਰਿਹਾ ਉਹ, ਬੱਚੇ ਦੇ ਹਿਸਾਬ ਨਾਲ ਹੋਣਾ ਚਾਹੀਦਾ। ਟੈਗੋਰ ਦੁਆਰਾ ਆਰਟ ਸਿੱਖਿਆ ਉੱਪਰ ਜ਼ੋਰ ਦਿੱਤਾ ਗਿਆ, ਵੈਰੀ ਵੈਰੀ ਇੰਪੋਰਟੈਂਟ ਹੈ, ਆਰਟ ਸਿੱਖਿਆ ਉੱਪਰ ਜ਼ੋਰ ਦਿੱਤਾ ਗਿਆ। ਪ੍ਰੀ ਸਕੂਲ ਸਭ ਤੋਂ ਵਧੀਆ ਹੋਵੇ ਉਹ ਹੀ ਹੋਵੇਗਾ ਜਿਸ ਵਿੱਚ ਐਕਟੀਵਿਟੀਜ਼ ਕੀ ਹੋਣੀ ਹੈ, ਐਕਟੀਵਿਟੀ ਇਨਵਾਇਰਮੈਂਟ ਲਰਨਿੰਗ ਬਾਏ ਡੂਇੰਗ ਕਰਦੇ ਹੋਣਗੇ। ਐਕਟੀਵਿਟੀ ਚੰਗੀ ਕਰਵਾਈ ਜਾਊ, ਚੰਗਾ ਇਨਵਾਇਰਮੈਂਟ ਹੋਊ, ਲਰਨ ਵਧੀਆ ਕਰਵਾਇਆ ਜਾਊਗਾ ਬੱਚਿਆਂ ਨੂੰ, ਤਾਂ ਇੱਦਾਂ ਦਾ ਉਹ ਸਕੂਲ ਸਭ ਤੋਂ ਵਧੀਆ ਹੋਵੇਗਾ, ਪ੍ਰੀ ਪ੍ਰਾਇਮਰੀ ਸਕੂਲ ਦਾ। ਅਤੇ ਲਾਸਟ ਜਿਹੜਾ ਹੈਗਾ ਅੱਠਵਾਂ, ਮੋਹਨਦਾਸ ਕਰਮਚੰਦ ਗਾਂਧੀ। ਇਹ ਬੰਦਾ ਸੀਗਾ ਜੀ, ਤਾਂ ਇਹਨੂੰ ਮੋਹਨਦਾਸ ਕਰਮਚੰਦ ਗਾਂਧੀ, ਆਪਾਂ ਜਿਹਨੂੰ ਗਾਂਧੀ ਬਾਬਾ ਵੀ ਕਹਿ ਜਾਂਦੇ ਹਾਂ ਨਾ, ਤਾਂ ਉਸ ਬੰਦੇ ਦਾ ਸੀਗਾ, ਠੀਕ ਹੈ। ਤਾਂ ਮਹਾਤਮਾ ਗਾਂਧੀ ਜੀ ਦਾ ਜਨਮ ਜਿਹੜਾ ਹੈਗਾ 2 ਅਕਤੂਬਰ 1869 ਨੂੰ ਮਨਾਇਆ ਜਾਂਦਾ ਸੀਗਾ। ਗਾਂਧੀ ਦੀ ਆਪਾਂ ਜਦੋਂ ਮਾਡਰਨ ਹਿਸਟਰੀ ਕੀਤੀ ਉਹਦੇ ਵਿੱਚ ਸਾਰੀ ਦਾਸਤਾਨ ਤੁਹਾਨੂੰ ਦੱਸੂਗਾ ਪੂਰੀ, ਗਾਂਧੀ ਦੀ, ਗਾਂਧੀ ਨੇ ਆਪਣਾ ਕਿੱਥੋਂ ਕ੍ਰਾਂਤੀਕਾਰੀ ਬਣੇ, ਹੈ ਨਾ। ਇਹ ਪੇਸ਼ੇ ਵੱਲੋਂ ਭਾਈ ਇੱਕ ਐਡਵੋਕੇਟ ਸੀਗੀ, ਲਾਅ ਦੀ ਡਿਗਰੀ ਇਹਨਾਂ ਨੇ ਕੀਤੀ ਹੋਈ ਸੀ, ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੂ। ਸਾਊਥ ਅਫਰੀਕਾ ਦੇ ਵਿੱਚ ਗਏ, ਉੱਥੇ ਟ੍ਰੇਨ ਦੇ ਵਿੱਚ ਚੜ੍ਹ ਗਏ, ਉੱਥੇ ਬਿਜ਼ਨਸ ਕਲਾਸ ਦੇ ਵਿੱਚ ਜਿਹੜਾ ਹੈਗਾ ਡੱਬੇ ਦੇ ਵਿੱਚ ਚਲੇ ਗਏ, ਤਾਂ ਉੱਥੋਂ ਉਹਨੂੰ ਧੱਕੇ ਮਾਰ ਕੇ ਡੇਗ ਦਿੱਤਾ ਗਿਆ ਸੀਗਾ ਅੰਗਰੇਜ਼ਾਂ ਦੁਆਰਾ, ਹੈ ਨਾ। ਤਾਂ ਸਾਰੀਆਂ ਚੀਜ਼ਾਂ ਮੈਂ ਉਦੋਂ ਤੁਹਾਨੂੰ ਦੱਸੂਗਾ। ਅੱਛਾ, ਜਿਨ੍ਹਾਂ ਨੇ ਮਾਸਟਰ ਕੇਡਰ ਦੀ ਤਿਆਰੀ ਕਰਨੀ ਆ, ਹਾਂਜੀ, ਚਲੋ ਥੋੜ੍ਹਾ ਜਿਹਾ ਤੁਹਾਨੂੰ ਲਾਸਟ 'ਚ ਤੁਹਾਨੂੰ ਦੱਸਾਂਗਾ ਇਹ ਚੀਜ਼ ਬਾਰੇ, ਮਾਸਟਰ ਕੇਡਰ ਬਾਰੇ ਵੀ। ਤਾਂ ਮਹਾਤਮਾ ਗਾਂਧੀ ਦਾ 2 ਅਕਤੂਬਰ ਜਿਹੜਾ ਹੈਗਾ 1869 ਈਸਵੀ ਦੇ ਵਿੱਚ ਜਨਮ ਹੋਇਆ, ਤਾਂ 30 ਜਨਵਰੀ 1948 ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ। ਮਹਾਤਮਾ ਗਾਂਧੀ ਇੱਕ ਐਡਵੋਕੇਟ ਸਨ ਜਿਨ੍ਹਾਂ ਨੇ ਸਾਊਥ ਅਫਰੀਕਾ ਦੇ ਵਿੱਚੋਂ ਜਿਹੜੇ ਹੈਗੇ ਵਕਾਲਤ ਦੀ ਡਿਗਰੀ ਕੀਤੀ ਸੀ, ਆਪਾਂ ਪਹਿਲਾਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਕੇ ਗਏ ਹਾਂਗਾ। 9 ਜਨਵਰੀ ਨੂੰ ਇਹ ਜਿਹੜਾ ਹੈਗਾ ਭਾਰਤ ਆਏ ਅਤੇ NRI ਜਿਸ ਦਿਨ ਕੀ ਬਣਾਇਆ ਜਾਂਦਾ ਗਾ, NRI ਡੇ ਬਣਾਇਆ ਜਾਂਦਾ ਗਾ। 9 ਜਨਵਰੀ ਨੂੰ ਕੀ ਹੁੰਦਾ ਗਾ? NRI ਡੇ ਹੁੰਦਾ ਗਾ, ਠੀਕ ਹੈ ਨਾ। ਅਤੇ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਗਾਂਧੀ ਜਯੰਤੀ ਹੁੰਦੀ ਹੈ 2 ਅਕਤੂਬਰ ਦੀ। ਤਾਂ ਮਹਾਤਮਾ ਗਾਂਧੀ ਜੀ ਦੀ ਸਮਾਧੀ ਜਿਹੜੀ ਹੈਗੀ ਹੈ ਰਾਜਘਾਟ ਵਿਖੇ ਬਣਾਈ ਗਈ ਹੈ। ਤਾਂ ਇਸ ਸਮਾਧੀ ਦੇ ਜਿਹੜੇ ਹੈਗਾ ਉੱਤੇ ਹਾਏ ਰਾਮ ਲਿਖਿਆ ਹੋਇਆ, ਹੈ ਨਾ, ਹਾਏ ਰਾਮ ਲਿਖਿਆ ਹੋਇਆ।
ठीक है ना। तो इस चीज़ में जरूर याद रखियो, इस दी साथ जिहड़े हैगे हरे राम जिहड़ा हैगा लिखिया होया गा, तो इन्हां दा स्वच्छ भारत वाला अभियान भी जिहड़ा हैगा इन्हां दी समाधि तो जिहड़े हैगे स्टार्ट कीता सी। मैं तुहानूं इनवायरमेंट दा लैक्चर लग्गिया सीगा अपना नैशनल एजुकेशन पॉलिसी दे विच ही, तो उस चीज़ में भी जरूर याद रख लियो है ना। तो महात्मा गांधी की पत्नी का नाम कस्तूरबा गांधी जी सीगा, ठीक है, इस चीज़ में भी याद रखियो। फादर नाम करमचंद गांधी, ठीक है। माता जिहड़ी आ पुपली बाई जी हैगी 2 अक्टूबर में गांधी जी का जिहड़ा हैगा जन्म मनाया जाता है, भारत पूरे भारत के मनाया जाता इंटरनेशनल डे, जेकर अंतरराष्ट्रीय अहिंसा दिन भी जिहड़ा हैगा 2 अक्टूबर में मनाया जाता है। तो इन्हां दी विचारधारा की सीगी, ठीक है ना। किताबां लिख लैंदे आ पहलां कि गांधी दियां, ठीक है। बेसिक एजुकेशन, ट्रू एजुकेशन टू वर्ड्स एजुकेशन, ठीक है, जिहड़ा हैगा मैडम ऑफ द इंस्ट्रक्शन। उस तो फिफ्थ जिहड़ी हैगी आ टास्क बिफोर इंडियन स्टूडेंट्स, ये जिहड़ियां 5 किताबां सी जरूर याद रखो गांधी दियां, तां आ सकदियां ने। इन्हां द्वारा जो भी जो सिक्ख्या अंदर जो काम किया गया उन उसका नाम जिहड़ा हैगा नाइट आलम जिहड़ा हैगा रख्या गया, जां इस नूं जिहड़ा हैगा बेसिक एजुकेशन भी कहा गया। जो भी गांधी द्वारा सिक्ख्या नीति दे अंदर काम किया गया नाइट आलम जिहड़ा हैगा इन्हां द्वारा उस नूं नाम दिता गया, तो जां बेसिक एजुकेशन भी कहा जाता है। 1944 इन्हां द्वारा अर्ली चाइल्डहुड लई जिहड़ा हैगा काम करना शुरुआत की दित्ती सी, अर्ली चाइल्डहुड केयर दे लई इन्हां ने काम करने की शुरुआत जिहड़ी हैगी आ कर दित्ती। गांधी द्वारा 1945 दे विच महाराष्ट्र दे विच सवा ग्राम दे अंदर एक स्कूल की स्थापना की गई, श्रीमती संता नरूलकर दे अंदर जिहड़े हैगा काम किया। उन्होंने इस दियां 4 स्टेज जिहड़े हैगा स्टेज लभियां, स्टेज 1 दे विच की सीगा कंपलीशन टू बर्थ, समाज उस माता नूं पूरा गाइड करे खाना पीना जिथे माता ने गाइड करना, उस टीचर नूं ला लो, उस टीचर नूं जिहड़े हैगा पूरा ज्ञान होना चाहिए खाण पीण का, रहन सहन का, पालन पलोषण का, ताजो की है बच्चे का ठीक तरह विकास हो सके। सैकेंड स्टेज की सी बर्थ तो लैके 2.5 साल तक का, इस विच बच्चे दे जिहड़ा हैगा सेहत उपर पूरा जिहड़ा हैगा ध्यान रखा जाए, ये चीज़ां सिखाईयां जांदियां सीगियां। थर्ड स्टेज सीगी 2.5 साल तो लैके 4 साल तक, इस विच बच्चे नूं प्ले एक्टिविटी होनी चाहीदी है। इस स्कूलां दी गल कर रहे हैं जिहड़े उत्थे टीचर होने चाहिए आ, तां उहनां नूं ये चीज़ां दी जिहड़ी हैगी आ क्षमता जां ज्ञान होना चाहिए हैगा। स्टेज 4 4 साल तो लैके 7 साल तक, इस बच्चे अपने आप जिहड़े हैगे अपने आप अते अपने आले दुआले नूं जिहड़ा हैगा साफ सुथरा होने चाहिए आ, इदां दे रखे होने चाहिए आ। महात्मा गांधी जी ने जिहड़ा हैगा क्राफ्ट फोर्स जिहड़ा हैगा बच्चे अपने हत्थां नाल बणाईआं चीज़ां उपर ज़्यादा ध्यान दिंदे ने, तां बच्चे नूं हर एक चीज़ नूं जिहड़ी हैगी अपने हत्थ नाल बणाउणी चाहीदी, इस चीज़ दे उपर जोर दित्ता। ECC जिहड़ा हैगा सस्ती अते फ्री होनी चाहीदी आ, तां जो हर एक आदमी अपने बच्चे नूं पढ़ा सके, ठीक है ना। अर्ली चाइल्डहुड केयर एंड एजुकेशन सस्ती होनी चाहीदी आ, तां जो अपने बच्चे नूं हर कोई पढ़ा सके। गांधी जी ने यह भी कहा कि एक्टिव क्रिएटिव प्लेफुल होना चाहिए है, सिक्ख्या की होनी, एक बच्चा की होना चाहता है एक्टिव क्रिएटिव अते प्लेफुल होना चाहिए। महात्मा गांधी जी ने उस समय जो सिक्ख्या प्रणाली चलाई गई सी मेमोराइजेशन जिहड़ा हैगा रट्टाफिकेशन तो दूर रखना, पाठक्रम बिना प्रैक्टिकल तो नहीं होना चाहिए, पाठक्रम जिहड़ा हैगा बिना प्रैक्टिकल तो नहीं होना चाहिए। उस समय रीडिंग अते राइटिंग उपर भी ज़्यादा जोर दिता सीगा गांधी जी ने, तो इस चीज़ नूं जरूर याद रखियो। महात्मा गांधी जी का प्री प्राइमरी एजुकेशन जिहड़ा हैगा कंसैप्ट सैकंड 5-ईयर प्लान तक चलिया, ता जो उस समय 24% बच्चों नूं जिहड़े हैगे जिहड़े हैगे फिलोसफी विच उन्हां नूं उन्हां तक जिहड़ा हैगा पढ़ा पहुँचाई जाए, तो ये चीज़ां जिहड़ियां हैगियां गांधी जी द्वारा सारियां चीज़ां दसियां गईयां सी। इत्थों तक जिहड़ा हैगा अपनी पूरी नैशनल एजुकेशन पॉलिसी साहब, इस तो पहला दियां वीडियो जिहड़ियां हैगियां मेरियां पाइया हुई ने, ठीक है जी, इस तो पहला दियां सारियां वीडियो जिहड़ियां हैगियां मेरियां अपलोड कीतियां हुई ने। तो इस तो तक जिहड़ियां जिहड़े अपनी नैशनल, मैं तुहानूं दस दिंदा नैशनल एजुकेशन पॉलिसी की गल आपां जेकर गल की जाए, नैशनल एजुकेशन पॉलिसी का पूरा चैप्टर कंप्लीट हो चुका है, ये भी मैं तुहानूं 4 टॉपिक जिहड़े हैगे मैं करवा चुका है, तो इस चीज़ में जरूर याद रखियो है ना। तो वध तो वध चैनल में सबसक्राइब करो, वीडियो में शेयर करो। अच्छा, तुहानूं एक होर इनफॉर्मेशन दी जाए कि मास्टर केडर वास्ते
ठीक है ना। नवा बैच फ्री ऑफ कॉस्ट है, यूट्यूब के उपर शुरुआत की है, जो कि तिने भाषा के होगा, तिने भाषा के होगा, हिंदी ठीक है जी, इंग्लिश पंजाबी ठीक है ना, पंजाबी तिने भाषावां दे विच जिहड़ी हैगी तैयारी करवाई जाऊगी। मास्टर ग्रेडर की गल कर रहे हैं जी, मास्टर ग्रेडर दे विच हिस्ट्री अते पॉलिटी की, हिस्ट्री अते पॉलिटी की गल कर रहे हैं, हिस्ट्री अते पॉलिटी की ठीक है ना, होर कोई सब्जेक्ट की नहीं, हिस्ट्री एंड पॉलिटी की। तो इन्हां दी जिहड़ी हैगी आ प्रॉपरली तुहानूं तैयारी करवाई जाएगी। जिन्हां कैंडीडेटा ने जिहड़ा हैगा तैयारी करने आ, तो मैनू जिहड़ा हैगा मैं तुहानूं नंबर अपना पहला भी शेयर किया सीगा, मैं हुण भी शेयर कर दिंदा 9494643953311 एम अकैडमी का जिहड़ा वट्सअप नंबर है। जेकर तुहानूं नोट्स प्रोवाइड कर चाहीदी है तां उहदे वास्ते भी जिहड़ा हैगा तुसीं वट्सअप मैसेज भी कर सकदे हो ठीक है जी, कॉल भी कर सकते हो ठीक है जी, कॉल रिकॉर्डिंग तुसीं कोई भी कह चीज़ पुछनी होगी, जे तुसीं एन टी टी के नोट्स लैने तो भी जिहड़ा हैगा मैसेज पर कॉल कर सकते हो। हिस्ट्री के जेकर तुसीं बैच ज्वाइन करना चाहते हो तो भी हिस्ट्री के जिहड़ा हैगा बैच लई कॉल ज्वाइन कर सकते हो। तो इत्थों तक जिहड़ा अपना टॉपिक रहा सीगा, तां बहुत बहुत धन्यवाद तुहाडा वीडियो देखण दे लई, वीडियो नूं वध तों वध शेयर करो, वध तों वध चैनल नूं सबसक्राइब करो, तां जो हर एक वीडियो तुहानूं जिहड़ी हैगी है इदां ही मिलदी रहे। कल नूं जिन्ना भी सैशन होगा कंप्यूटराइज होगा, मिलते हैं जी अगलियां क्लासां दे विच। इदों बाद जिहड़ी हैगी करिकुलम दी ते नैशनल एजुकेशन सॉरी सी डी पी दी क्लास जिहड़ी हैगी है तुहानूं देखण नूं मिलेगी। बहुत बहुत धन्यवाद तुहाडा वीडियो देखण, थैंक यू।